ਮੇਰੇ ਖਿਆਲ ਪਰ ਬੰਨੇ ਹੋਏ ਨੇ, ਉਹ ਖੋਲਦੇ ਨੇ। ਇੱਕ ਪਰ ਵੱਜਾ ਹੀ ਰਹਿ ਗਿਆ, ਝੂੜੀ ਜਾ ਰਿਹਾ ਜੀ। ਅੱਛਾ ਜੀ, ਮੈਂ ਕਿਹਾ ਹੁਣ ਖੋਲਦੇ ਭਾਈ। ਆਪਣਾ ਧਰਮਾ ਭਾਈ, ਇਹ ਲਾਖੀ ਦਾ ਬੜਾ ਅਸੀਂ ਸੁਣਿਆ, ਔਰ ਬਹੁਤ ਸਾਰੇ ਲੋਕ ਲਾਖੇ ਕਬੂਤਰਾਂ ਤੁਹਾਡੇ ਦੇ ਸ਼ੌਕੀਨ ਆ, ਅਤੇ ਉਹ ਵੀ ਜ਼ਰਾ ਕੋਈ ਦਿਖਾਉਣਾ ਉੱਡੀ ਹੋਈ ਕਬੂਤਰੀ ਕਿਹੜੀ ਹੈ। ਹਨੀ ਭਾਈ, ਇਹ ਜਿਹੜੇ ਕਬੂਤਰ ਮੈਂ ਹੁਣ ਮਤਲਬ ਹਨੀ, ਆ ਤੁਸੀਂ ਮੋਬਾਈਲ ਫੜੋ ਨਾ, ਮੈਂ ਸ਼ੋਕ ਕਰਾਉਣਾ ਫੜ ਕੇ, ਇੱਥੋਂ ਉੱਤੇ ਆ ਜਾਓ। ਹਿਸਟਰੀ ਇਹਦੀ ਤੁਸੀਂ ਦੱਸ ਦਿਓ। ਲਓ ਜੀ, ਇਹ ਕਬੂਤਰ ਜੀ ਬਿਲਕੁਲ ਪਾਰੀ ਹੋਵੇ, ਹੋਰ ਉੱਪਰ ਅੱਗੇ ਪਿੱਛੇ ਕੁਛ ਨਾ ਆਵੇ। ਅੱਛਾ ਜੀ, ਇਹ ਕਿਹੜਾ ਕਬੂਤਰ ਹੈ ਸਰ? ਇਹ ਉਹ ਜਿਹੜਾ ਸ਼ਾਹ ਪਰਵਾਸ ਦੇ ਡੱਬ ਵਾਲੇ ਕ੍ਰਾਸ 'ਚ, ਸ਼ਾਹ ਪਰਵਾਸ ਅਤੇ ਡੱਬ ਵਾਲੇ ਕ੍ਰਾਸ 'ਚ ਨਿਕਲੇ ਜੀ। ਦੋਸਤੋ ਦੇਖ ਰਹੇ ਹੋ ਪਾਰਕ ਹੁੰਦਾ, ਮਾਸ਼ਾਅੱਲਾ ਸਲਾਈਆਂ ਦੇਖੋ ਕੈਸੀਆਂ ਨੇ ਕਬੂਤਰ ਨੂੰ ਲੱਗੀਆਂ। ਕਿਸੇ ਵੇਲੇ ਹਨੀ ਜ਼ਰਾ ਆਖਰੀ ਉਤਲੇ ਪੰਜ ਪਰ, ਕਿਸੇ ਵੇਲੇ ਵੀ ਖੁੱਡਿਆਂ ਦੇ ਨਾਲੋਂ ਵੀ ਲੱਗ ਕੇ ਬੇਸ਼ੱਕ ਮੁੜ ਜਾਏ। ਬੜੀ ਪਾਵਰਫੁਲ ਹਾਈਟ ਦਾ ਮਾਲਕ ਹੈ। ਔਰ ਇਹਦੀਆਂ ਸਰ ਕਿੰਨੀਆਂ ਭੜਕਾਂ ਸ਼ਾਮ ਦੀਆਂ ਨੇ? ਇਹਦੀ ਕੁਆਲਿਟੀ ਫਿਰ ਦੱਸਾਂ ਤੁਹਾਨੂੰ ਜੀ। ਇਹ ਕੱਲ ਜੀ ਉੱਪਰ ਸੀ ਸਾਡੀ ਕਬੂਤਰੀ ਨਰ, ਇਹ ਨਰ। ਅੱਛਾ ਜੀ, ਮੈਂ ਉਹਨੂੰ ਪੁੱਛਿਆ ਮੁੰਡੇ ਨੂੰ, ਮੈਂ ਕਿਹਾ ਯਾਰ ਉਹ ਬਹਿ ਗਏ, ਉਹਨੇ ਸਾਈਜ਼ ਦੇਖ ਰਹੇ ਹੋ? ਆਹ ਦੇਖੋ ਮੇਰਾ ਪੂਰਾ ਇੱਕ ਗਿੱਠ ਹੈ, ਗਿੱਠ ਤੋਂ ਬਾਅਦ ਫਿਰ 5 ਇੰਚ ਮੁਕੰਮਲ ਸਾਈਜ਼ ਦੇ, ਮੁਕੰਮਲ ਗ੍ਰਿਪ ਦੇ ਜੀ। ਸਰ ਦੱਸੋ ਹੁਣ ਇਹਦੇ ਬਾਰੇ ਕੀ ਹੈ? ਇਹ ਰਾਤੀ ਉੱਪਰ ਸੀ ਅਤੇ ਭਾਈ ਕਹਿ ਰਹੇ ਸੀ ਕਿ ਯਾਰ ਅੱਜ ਤੱਕ ਉਹ ਰਾਤ ਰਿਹਾ ਨਹੀਂ। ਅੱਛਾ ਜੀ, ਇਹ 8:30 ਰਾਤ ਦੀ ਗੱਲ ਹੈ, ਕੱਲ੍ਹ ਰਾਤ ਦੀ, ਕੱਲ੍ਹ ਰਾਤ ਦੀ। ਅੱਛਾ ਜੀ, ਇਹ 9:36 'ਤੇ ਬੈਠਾ ਰਾਤੀ, 9:36 ਰਾਤ, ਰਾਤ ਅੱਜ ਤੱਕ ਇਹ ਬਚਪਨ ਤੋਂ ਹੁਣ ਤੱਕ ਇਹ ਨਹੀਂ ਰਾਤ ਰਿਹਾ। ਅੱਛਾ ਜੀ, ਅਤੇ ਮੇਰਾ 15 ਨੰਬਰ ਜੋੜਾ ਹੈ, ਬਹੁਤ ਤਗੜਾ। ਅੱਛਾ ਜੀ, ਸਾਰੇ ਹੀ ਭੈਣ ਭਰਾ ਰਾਤ ਨੂੰ ਬੈਠਦੇ। ਕੁਛ ਖਤਰਨਾਕ ਕਬੂਤਰ ਵੀ ਤੁਸੀਂ ਬਣਾਏ ਆ, ਮੈਂ ਕੱਲ੍ਹ ਵੀ ਇੰਟਰਵਿਊ 'ਚ ਤੁਹਾਨੂੰ ਲਿਆ ਸੀ, ਉਦੋਂ ਪੁੱਛ ਰਿਹਾ ਸੀ ਖਤਰਨਾਕ ਕਬੂਤਰ ਕਾਸ਼ ਪਾਈ ਕਿਹਨਾਂ ਕਬੂਤਰਾਂ ਦਾ ਮਿਕਸਚਰ ਹੈ? ਕਮੱਗਰ ਔਰ ਟੈਰੀ ਕ੍ਰੋਸ ਕਬੂਤਰੀ ਸੀ ਜੀ। ਅੱਛਾ ਜੀ, ਔਰ ਅਸਲ ਸ਼ਾਹ ਪਰਵਾਸ ਕਬੂਤਰ ਨਾਲ ਲਗਾਈ ਸੀ, ਉਹ ਜਿਹੜੇ ਉਹ 'ਚੋਂ ਬੱਚੇ ਨਿਕਲੇ ਉਹ ਖਤਰਨਾਕ ਮੁੰਡੇ। ਅੱਛਾ, ਖਤਰਨਾਕ ਨਾਮ ਕਿਸ ਤਰ੍ਹਾਂ ਪੈ ਗਿਆ? ਖਤਰਨਾਕ ਇਸ ਤਰ੍ਹਾਂ ਨਾਮ ਪਿਆ ਜੀ, ਮੈਂ ਮੇਰੇ ਚਾਚਾ ਜੀ ਉਹਨਾਂ ਦੀ ਛੱਤ 'ਤੇ ਨਾ ਮੈਂ ਬੱਚੇ ਛੱਡੇ, ਉਹ ਸ਼ੌਕ ਉਹ ਛੱਤ ਤੋਂ ਕਰਦੇ ਸੀ ਜੀ। ਮੈਂ ਬੱਚੇ ਛੱਡੇ ਅਤੇ 8 ਦਿਨ ਬਾਅਦ ਮੈਂ ਛੱਤ 'ਤੇ ਗਿਆ ਅਤੇ ਬੱਚੇ ਗੋਲ ਕੀਤੇ। ਅੱਛਾ, ਸਿਰਫ 8 ਦਿਨ ਬਾਅਦ ਜੀ ਮੈਂ ਪੁੱਛਿਆ, ਮੈਂ ਕਿਹਾ ਗੋਲ ਕਰਤੇ ਹਾਲੇ ਤੇ? ਕਹਿੰਦੇ ਯਾਰ ਇਹਨਾਂ ਨੂੰ ਗੋਲ ਕਰਨਾ ਪਿਆ, ਬਹੁਤ ਖਤਰਨਾਕ। ਅੱਛਾ ਜੀ, ਮੈਂ ਕਿਹਾ ਜੀ ਇਹ ਕੀ ਖਤਰਨਾਕ? ਕਹਿੰਦਾ ਮੈਂ ਪਹਿਲੇ ਦਿਨ ਛੱਡੇ 4 ਘੰਟੇ ਲਾਏ, ਅਗਲੇ ਦਿਨ ਦੋਵੇਂ ਸ਼ਾਮ ਨੂੰ ਬੈਠੇ, ਮੈਂ ਡੱਕ 'ਤੇ ਛੱਡੇ ਫਿਰ ਸ਼ਾਮ ਨੂੰ ਬੈਠੇ ਮੈਂ ਗੋਲ ਕਰਤੇ, ਉੱਥੋਂ ਇਹਨਾਂ ਦਾ ਨਾਮ ਜੀ ਖਤਰਨਾਕ ਪੈ ਗਿਆ ਜੀ। ਉਹਨਾਂ ਨੇ ਖਤਰਨਾਕ ਹੀ ਕੰਮ ਕੀਤੇ, ਫਿਰ ਸਭ ਤੋਂ ਪਹਿਲੇ ਸਾਡੇ ਕੋਲ ਰਾਤ ਬੈਠਾ ਸੀ ਕਬੂਤਰ, ਉਹ ਖਤਰਨਾਕ 7-16 ਦੇ। ਅੱਛਾ, ਹਾਂਜੀ, ਮਾਸ਼ਾ ਅੱਲਾ ਜ਼ਬਰਦਸਤ। ਇਹ ਸਰ ਕਿਹੜਾ? ਇਹ ਸਰ ਜਿਹੜਾ ਬੜਾ ਖਤਰਨਾਕ ਕਬੂਤਰ ਹੈ ਨਾ ਜੀ, ਵੱਡਾ ਖਤਰਨਾਕ, ਇਸ ਟਾਈਮ ਸਾਡੇ ਕੋਲ ਮੇਨ, ਹਾਂਜੀ, ਇਹ ਉਹਦੇ ਵਿੱਚ ਮੈਂ ਬਟੇਰੀ ਕਬੂਤਰੀ ਪਾ ਕੇ ਨਾ ਜੀ ਜੀ ਇਹ ਕਬੂਤਰ ਬਣਾਇਆ, ਔਰ ਇਹ ਵੀ ਰਾਤ 8-8 ਵਜੇ ਹੀ ਬਣਦਾ। ਵਿੱਚੋਂ ਬੰਨਿਆ ਹੋਇਆ ਇੰਜੀ ਇੰਜੀ ਹੋਰ ਲਾਣੀ ਹਾਲੇ ਨੂੰ। ਅੱਛਾ, ਇੱਕ ਕੁੰਦੇ ਦੇ ਕਬੂਤਰ ਨੇ ਤੁਹਾਡੇ ਕੋਲ ਸਾਰੇ? ਹਾਂਜੀ, ਮੇਰਾ ਖਿਆਲ ਚੈਂਪੀਅਨ ਕੁੰਦਾ ਇੱਕ ਹੀ ਹੁੰਦਾ। ਬਿਲਕੁਲ, ਇੱਕ ਸ਼ੇਪ ਦੇ, ਇੱਕ ਸਟਾਈਲ ਦੇ, ਇਹ ਦੇਖੋ ਨਾ, ਕਲਰ ਮੁਖਤਲਿਫ ਹੋਣਗੇ, ਕਲਰ ਮੁਖਤਲਿਫ ਨੇ, ਲੇਕਿਨ ਪਰ ਤਕਰੀਬਨ 19-20-21-21 ਇਹ ਦੇਖੋ ਰਹੇਗਾ। ਔਰ ਅੱਖ ਵੀ ਦੇਖੋ, ਅੱਖ ਤੇ ਅੱਖ ਦੇ ਹਿਸਾਬ ਨਾਲ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਬੰਦਾ ਹੀ ਹੁੰਦਾ, ਇੰਨਾ ਸਿਆਣਾ ਬੰਦਾ ਹੀ ਹੈ ਜੀ। ਰਾਤ ਨੂੰ ਆ ਕੇ ਮੁੜ ਜਾਂਦਾ ਜੀ, 8 ਕਲੋਜ਼ ਕਰੋ ਨਹੀਂ ਭਾਈ ਸਰ, ਰਾਤ ਨੂੰ 8 ਵਜੇ ਆ ਕੇ ਵਾਪਸ ਮੁੜ ਜਾਂਦਾ ਹੈ। ਅੱਛਾ ਜੀ, ਇਹਦੇ ਓਵਰ ਟਾਈਮ ਦਾ ਚਾਂਸ ਹੈ, ਅੱਖ ਦਾ ਕਲੋਜ਼ ਕਰੋ। ਇਹਦੇ ਵਿੱਚ ਬਟੇਰਾ ਪਾ ਰਹੇ ਜੀ? ਬਟੇਰਾ, ਬਟੇਰਾ ਤੇ ਖਤਰਨਾਕ, ਖਤਰਨਾਕ। ਆ ਦੇਖੋ ਸਾਈਜ਼ ਕਿੱਥੇ ਆ, ਮੇਰਾ ਪੂਰਾ ਹੱਥ ਖੁੱਲਾ ਹੋਇਆ,
ਪੂਰਾ ਹੱਥ ਖੁੱਲ੍ਹਾ ਇਸ ਦੇ ਬਾਵਜੂਦ ਦੇਖੋ ਫਿਰ ਇੱਕ ਸਾਈਜ਼ ਦੇ ਇੱਕ ਸਟਰਕਚਰ ਦੇ ਆ ਦੋਮ ਦੇਖੋ ਕਿਸ ਤਰ੍ਹਾਂ ਬੰਦ ਆ ਇਸ ਹਾਈਟ ਇਸ ਲੈਂਥ ਦੇ ਵਿੱਚ ਵੀ ਦੋਮੋ ਨੇ ਉਸ ਤਰ੍ਹਾਂ ਹੀ ਰੱਖੀ ਜਿਸ ਤਰ੍ਹਾਂ ਕਿ ਇੱਕ ਪਰ ਹੈ ਇਹ ਨਹੀਂ ਹੈ ਕਿ ਹੱਥ ਨਾਲ ਸਿੱਧੀ ਕਰੋ ਯੇ ਕਰੋ ਮਤਲਬ ਖੁਦ ਹੀ ਸਿਮਟੇ ਸਮੇਟੇ ਤਰਾਸ਼ੇ ਕੜੇ ਹੋਏ ਕਬੂਤਰ ਨੇ ਔਰ ਬਾਡੀਆਂ ਦੇਖੋ ਇਹਨਾਂ ਦੀਆਂ ਇਹਦੀ ਬਾਡੀ ਦੇਖੋ ਇਹ ਕਹਿੰਦੇ ਨਾ ਮੁੱਕੇ ਜੀ ਨਹੀਂ ਛਾਤੀ ਦਾ ਸਾਈਜ਼ ਦੇਖੋ ਕਿੰਨਾ ਔਰ ਕਬੂਤਰ ਦੀ ਆਈਜ਼ ਕਲੋਜ਼ਅਪ ਵੀ ਦੇਖੋ ਇਹਦੀ ਕੋਈ ਭੈਣ ਭਰਾ ਹੋਰ ਵੀ ਉੱਡ ਰਹੇ ਨੇ ਸਾਜ ਹਾਂਜੀ ਤਿੰਨ ਚਾਰ ਨੇ ਤਿੰਨ ਚਾਰ ਨਾਰਾ ਨਾ ਅੱਜ ਅੰਦਰ ਬਾਕੀ ਮਾਰਦੀਆਂ ਬਾਹਰ ਅੱਜ ਬਈ ਲਾਜਵਾਬ ਐਕਸੀਲੈਂਟ ਅੱਛਾ ਕਾਸ਼ਿਫ ਭਾਈ ਇੱਕ ਹੋਰ ਸਵਾਲ ਹੈ 90% ਕਬੂਤਰ ਸ਼ਾਰਟ ਹੋ ਜਾਂਦੇ ਯਾਨੀ ਕਿ ਉੱਤੋਂ ਨਹੀਂ ਆਉਂਦੇ ਉਹਦੇ ਵਿੱਚ ਉਹਨਾਂ ਦੀ ਨਸਲ ਦਾ ਵੀ ਕਿਰਦਾਰ ਹੈ ਬਿਲਕੁਲ ਜੀ ਨਸਲ ਨਹੀਂ ਆਉਣਾ ਕਬੂਤਰ ਨੇ ਅਤੇ ਉਹ ਨਸਲ ਅੱਛੀ ਹੋਵੇ ਅਤੇ ਫਿਰ ਵੀ ਚਲੇ ਜਾਏ ਫਿਰ ਕਬੂਤਰ ਮੁਸੀਬਤ ਨਾ ਉਹਨੂੰ ਪੈ ਗਈ ਹੋਵੇ ਕੋਈ ਲੱਗੜ ਲੈ ਜਾਂਦਾ ਕੋਈ ਮੌਸਮ ਪੈ ਜਾਂਦਾ ਅਤੇ ਦਾਣੇ ਫਿਰ ਉਸ ਤੋਂ ਬਾਅਦ ਅਗਰ ਥੱਲੇ ਮੌਤ ਨਹੀਂ ਚੰਗਾ ਤਾਂ ਫਿਰ ਨਸਲੀ ਵੀ ਰਹਿਣਾ ਉਹ ਬਿਲਕੁਲ ਸਹੀ ਬਿਲਕੁਲ ਸਹੀ ਫੜੀ ਗੱਲ ਵਧੀਆ ਇਹ ਮਨੀਰ ਸ਼ਾਹ ਸਾਹਿਬ ਖੁਰਮ ਸ਼ਾਹ ਸਾਹਿਬ ਹਾਂਜੀ ਗੁਜਰਾਤ ਵਾਲੇ ਨਕਲ ਬਹੁਤ ਸੇ ਕੱਪ ਜਿੱਤਦੇ ਪੰਜਾਬ ਲੈਵਲ ਦੇ ਜੀ 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 ਇਹ ਉਹਨਾਂ ਦੇ ਕਬੂਤਰ ਨੇ ਰਾਏ ਆਰਫ ਸਾਹਿਬ ਕੋਲ ਅੱਛਾ ਜੀ ਇਹ ਮੇਰਾ ਬੱਚਾ ਹੈ 76 ਨੰਬਰ ਪਿਛਲੇ ਸਾਲ ਵਾਲਾ ਅੱਛਾ ਜੀ ਕਾਫੀ ਫੇਮਸ ਹੈ ਸ਼ਹਿਰ 'ਚ 76 ਨੰਬਰ 76 ਇਹ ਮਾਸ਼ਾਅੱਲਾ ਹੁਣ ਜਵਾਨ ਹੋਇਆ ਹੈ ਇਹ ਹੁਣ ਤੁਸੀਂ ਸ਼ੌਕ ਕਰਾਓ ਬੰਦਿਆਂ ਨੂੰ ਇਹ ਮੇਰਾ ਜੇਠ ਦਾ ਜਿਹੜਾ ਚੈਂਪੀਅਨ ਬੱਚਾ ਚੈਂਪੀਅਨ ਬੱਚਾ ਪਹਿਲੇ ਅੱਖ ਦਿਖਾਓ ਨਹੀਂ ਭਾਜੀ ਦੇਖੋ ਕਿੱਡੀ ਕਮਾਲ ਅੱਖ ਬੰਦੇ ਜਿਹੜੀ ਤਾਂ ਅੱਖ ਹੀ ਹੈ ਉਹਦੀ ਔਰ ਕੈਸੀ ਗੋਲ ਪਲਕ ਹੈ ਔਰ ਕਾਲੇ ਨੂਰ ਦੇ ਥੱਲੇ ਕੈਸੀ ਬੇ ਬਣੀ ਹੋਈ ਹੈ ਜ਼ਹਾਨਤ ਦੀ ਅਕਲਮੰਦੀ ਦੀ ਔਰ ਜ਼ਮੀਨ ਕਿੰਨੀ ਸਫੈਦ ਹੈ ਬਹੁਤ ਖੂਬ ਹਨੇਰੇ 'ਚ ਕਿੰਨੇ ਵਾਰੀ ਬੈਠਾ ਜੀ ਇੱਕ ਦੀ ਦਿਨੇ ਬੈਠਾ ਹੀ ਨਹੀਂ ਅੱਛਾ ਜੀ ਕੁਰਸੀ ਅੱਗੇ ਕਰ ਲਾ ਅੱਛਾ ਜੀ ਇਤਨਾ ਇੰਟੈਲੀਜੈਂਟ ਇਤਨਾ ਇੰਟੈਲੀਜੈਂਟ ਰਾਤ ਦਾ ਦੱਸੋ ਇਸ ਪਿਛਲੇ ਪਹਿਲੇ ਦਿਨ ਰਾਤ ਨੂੰ ਜੀ ਹਨੇਰੇ ਚਲਾਣ ਦਾ ਇਸ ਤੇ ਕੱਪ ਚ ਅਗਲੇ ਦਿਨ ਬੈਠਾ ਮੈਂ ਨਹੀਂ ਕਦੀ ਦੇਖਿਆ ਬੜਾ ਬੈਠਾ ਸਾਰੇ ਬੈਠੇ ਦੇਖ ਲਓ ਜੀ ਦੋਸਤੋ ਇੱਕ ਹੀ ਕੁੰਦੇ ਦੀ ਸ਼ੇਪ ਔਰ ਇੱਕ ਹੀ ਇਹਦਾ ਸਟਾਈਲ ਆ ਯਾਰ ਤੂੰਨੇ ਲਾਖੀ ਤੇ ਲਿਆ ਕੋਈ ਲਾਖੀਆਂ ਬਾਹਰ ਆ ਲੱਖੀਆਂ ਬਾਹਰ ਤੇ ਜਾਂ ਜਿਹੜੇ ਖਤਰਨਾਕ ਆ ਉਹ ਤੇ ਜਾਂ ਫਿਰ ਜਿਹੜਾ ਕੋਈ ਸ਼ਾਹ ਪ੍ਰਵਾਸ ਕੋਈ ਐਸਾ ਪਿਓਰ ਹੋ ਲੱਖਾ ਨਾ ਰਿਹਾ ਵੱਡਾ ਬਸ ਲੱਖਾ ਲੈ ਉਹ ਕਹਿੰਦਾ ਬੇਸੁਰਾ ਜੀ ਪਰ ਹੈ ਖਰੀਦ ਨਹੀਂ ਚੱਲਦਾ ਅੱਜ ਕਬੂਤਰ ਕਿੰਨੇ ਛੱਡੇ ਆ ਨਹੀਂ ਉੱਧਰ ਸਾਰਾ ਕਰਕੇ ਮੇਰੇ ਸਾਹਮਣੇ ਕਿੰਨੇ ਕਬੂਤਰ ਛੱਡੇ ਰਾਣਾ ਸਾਹਿਬ 45 ਮਾਦੀਆਂ 45 ਮਾਦੀਆਂ ਤੇ ਉੱਪਰ ਕਿੰਨੀਆਂ ਨੇ ਇਸ ਟਾਈਮ ਇਸ ਟਾਈਮ ਉੱਤੇ ਜੀ ਤਕਰੀਬਨ 5-3-4 ਸਾਹਮਣੇ ਹੈ ਜੀ ਕੋਈ 7 ਕੁ ਬੰਦ ਅੱਛਾ ਜ਼ਬਰਦਸਤ ਲਓ ਜੀ ਦੋਸਤੋ ਇਹ ਵੀ ਚੈਂਪੀਅਨ ਕਬੂਤਰ ਹੈ ਸਾਹਿਬ ਜੀ ਇਹ ਪਿਛਲੇ ਸਾਲ ਹਰ ਫੜਕ 4:30-5 ਵਜੇ ਬੈਠਾ ਹੈ ਹਰ ਫੜ ਇਹ ਲਿਆ ਸੀ ਘਰੋਂ ਲਿਆਂਦਾ ਅੱਛਾ ਜੀ ਗਲਤੀ ਨਹੀਂ ਆ ਗਿਆ ਜੀ ਦੇਖੋ ਜੀ ਕੈਸੀ ਰੋਸ਼ਨ ਆਖਿਆ ਬਈ ਜਵਾਬ ਨਹੀਂ ਉਸਤਾਦ ਜੀ ਅੱਛਾ ਕਾਸ਼ਿਫ ਭਾਈ ਹੈ ਅੱਗੋਂ ਗੋਲ ਪਰ ਨੇ ਪੰਜਵਾਂ ਚੌਥਾ ਪੰਜਵਾਂ ਕਬੂਤਰ ਆ ਗਿਆ ਗੋਲ ਪਰ ਦੇ ਜਿਹੜੇ ਅੱਗੋਂ ਨੋਕਦਾਰ ਪਰ ਹੁੰਦੇ ਨੇ ਛੁਰੀ ਤਰ੍ਹਾਂ ਉਹਨਾਂ 'ਤੇ ਇਹਨਾਂ ਦੀ ਪ੍ਰਵਾਸ ਦਾ ਕੀ ਫਰਕ ਹੈ ਤੁਹਾਡੇ ਮੁਤਾਬਕ ਪ੍ਰਵਾਸ ਥੋੜ੍ਹੀ ਜਿਹੀ ਥੱਲੇ ਇਹਨਾਂ ਦੀ ਪਿੱਛੇ ਪਰ ਨਾਲ ਪਰ ਇਹ ਜਾਂਦੇ ਨਹੀਂ ਇਹ ਬਹਿ ਜਾਂਦੇ ਇਹਨਾਂ 'ਚ ਇਹ ਬਹਿਣ ਦੀ ਸਲਾਈਜ਼ ਜ਼ਿਆਦਾ ਬਹਿਣ ਦੀ ਸਲਾਈਜ਼ ਜ਼ਿਆਦਾ
ਯਾਨੀ ਕਿ ਜਿਸ ਵਕਤ ਗ੍ਰਿਪ ਕਰ ਲੈਣ ਘਰ ਦੀ ਤੇ ਫਿਰ ਇਹ ਬਹਿ ਜਾਂਦੇ ਆਪਣਾ ਆਲਾ ਦੁਆਲਾ ਨਹੀਂ ਦੇਖ ਰਹੇ ਘਰ ਹੀ ਬਹਿ ਜਾਂਦੇ ਇਹਨਾਂ ਨੇ ਸੜਨਾ ਮਰਨਾ ਨਹੀਂ ਬਿਲਕੁਲ ਠੀਕ ਓਵਰ ਰਿਐਕਟ ਨਹੀਂ ਕਰਦੇ ਜਿਸ ਤਰ੍ਹਾਂ ਉਹ ਆ ਕੇ ਫਿਰ ਬੈਠਾ ਨਹੀਂ ਜਾਂਦਾ ਜਾਂ ਲੰਬੇ ਚਲ ਗਏ ਜਾਂ ਮਤਲਬ ਬਿਲਕੁਲ ਠੀਕ ਐ ਜੀ ਦੇਖ ਰਹੇ ਹੋ ਅੱਜ ਬੈਠਾ 1 ਵਜੇ ਕੱਲ ਦਾ ਰਿਹਾ ਹੋਇਆ ਰਾਤ ਰਹਿ ਕੇ ਦੇਖੋ ਸਾਰਾ ਵਗਿਆ ਹੋਇਆ ਜ਼ੋਰ ਚੰਗਾ ਲਾਇਆ ਸਵੇਰੇ ਆਇਆ 1 ਵਜੇ ਔਰ ਮੈਂ ਤਾਂ ਥੱਲੇ ਵੀ ਸ਼ੌਕ ਕੀਤਾ ਸੀ ਭਾਈ ਕਾਸ਼ਵ ਨੇ ਮੈਨੂੰ ਥੱਲੇ ਮੰਗਾ ਕੇ ਦਿਖਾਇਆ ਸੀ ਔਰ ਬੇਮਿਸਾਲ ਕੁੰਦੇ ਦਾ ਮਾਲਕ ਕਬੂਤਰ ਇਹਦੇ ਜਿੰਨੀ ਹਾਈਟ ਨਹੀਂ ਕੋਈ ਕਰਦਾ ਅੱਛਾ ਜੀ ਬਹੁਤ ਹਾਈਟ 'ਚ ਜਾਂਦਾ ਇਹ ਕਿਹੜੀ ਕਿਹੜੀ ਬਰੀਡ ਦਾ ਮਰਕਬ ਹੈ ਜੀ ਇਹ ਵੀ ਸ਼ਾਹਪੁਰਵਾਸ ਅਤੇ ਟੈਡੀ ਕ੍ਰੋਸ ਸ਼ਾਹਪੁਰਵਾਸ ਟੈਡੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਕਿਆ ਬਾਤ ਲਓ ਜੀ ਟੁੰਨਾ ਜੀ ਕੈਸੀ ਗ੍ਰਿਪ ਤੇ ਕਸ਼ ਪਾਈ ਹੈ ਜਿਹੜੇ ਕਬੂਤਰ ਨੇ ਲੰਬੀਆਂ ਲੱਤਾਂ ਲੰਬੀਆਂ ਗਰਦਨਾਂ ਇਹਨਾਂ ਦਾ ਕਬੂਤਰ ਕਬੂਤਰਾਂ ਦੀ ਪਰਵਾਜ਼ ਦੇ ਹਵਾਲੇ ਨਾਲ ਤੁਸੀਂ ਤੇ ਪ੍ਰੈਕਟੀਕਲ ਕਰ ਰਹੇ ਹੋ ਕੋਈ ਕਿਰਦਾਰ ਹੈ ਕੋਈ ਵਰਕਿੰਗ ਹੈ ਇਹਨਾਂ ਚੀਜ਼ਾਂ ਦੀ ਲੰਬੀ ਗਰਦਨ ਦੀ ਲੰਬੀ ਲੱਤ ਦੀ ਹਾਂਜੀ ਹੈ ਬੋਡੀ ਸਟਰਕਚਰ ਤਾਂ ਬੜਾ ਅਹਿਮ ਹੁੰਦਾ ਮਤਲਬ ਪਲੱਸ ਪੁਆਇੰਟ ਹਾਂਜੀ ਪਲੱਸ ਪੁਆਇੰਟ ਵੀ ਇਹ ਕਈਆਂ ਨੇ ਵੈਸੇ ਹੀ ਬਣਾ ਲਏ ਕੋਈ ਅਜੀਬ ਜਿਹੀ ਕ੍ਰਾਸ ਦੇ ਕੇ ਲੇਕਿਨ ਇਹ ਨਸਲੀ ਕਬੂਤਰ ਚ ਆਵੇ ਤੇ ਫੇਰ ਪਲੱਸ ਪੁਆਇੰਟ ਅੱਛਾ ਤੇ ਜਿਹੜੇ ਕੋਈ ਦੂਸਰੇ ਲੱਠੇ ਲੁੱਠੇ ਪਾ ਕੇ ਬਣਾ ਲਏ ਹੁਣ ਉਹਨਾਂ ਚ ਕੀ ਪਲੱਸ ਪੁਆਇੰਟ ਆਣਾ ਬਿਲਕੁਲ ਠੀਕ ਬਿਲਕੁਲ ਜਿੰਨੀ ਮਰਜ਼ੀ ਬੋਡੀ ਸਟਰਕਚਰ ਅੱਛਾ ਜਿੱਡੀ ਮਰਜ਼ੀ ਲੰਬੀ ਗਰਦਨ ਲੰਮੀ ਲੱਤ ਜੇ ਬਲੱਡ ਹੀ ਨਹੀਂ ਅੱਛਾ ਉੜੇਗਾ ਕੀ ਬਿਲਕੁਲ ਅੱਛੇ ਬਲੱਡ ਚ ਚੀਜ਼ਾਂ ਆ ਜਾਣ ਫਿਰ ਸੁਪੀਰੀਅਰ ਹੋਏ ਬਿਲਕੁਲ ਸਹੀ ਬਿਲਕੁਲ ਠੀਕ ਬਾਕੀ ਇੰਨੀਆਂ ਲੰਬੀਆਂ ਗਰਦਨਾਂ ਕਦੀ ਦੇਖੇ ਤੇ ਨਹੀਂ ਚੈਂਪੀਅਨ ਹੁੰਦੇ ਮੀਡੀਅਮ ਸਟਰਕਚਰ ਹਰ ਚੀਜ਼ ਨਾਰਮਲ ਹੀ ਹੋਵੇ ਤਾਂ ਫੇਰ ਮੀਡੀਅਮ ਸਟਰਕਚਰ ਦਾ ਹੀ ਕਬੂਤਰ ਉੜਦਾ ਸਾਈਜ਼ ਛੋਟਾ ਹੋਣਾ ਚਾਹੀਦਾ ਕਬੂਤਰ ਦਾ ਬਸ ਅੱਛਾ ਜੀ ਹਾਂ ਓਵਰ ਜਿਹੜਾ ਸਾਈਜ਼ ਕਬੂਤਰ ਅੱਛਾ ਹੱਡੀ ਦਾ ਸਾਈਜ਼ ਓਵਰ ਆ ਅੱਛਾ ਜੀ ਗੋਲਡਨ ਸ਼ਾਹਪੁਰਵਾਸ ਕ੍ਰਾਸ ਵਾਈਟ ਗੋਲਡ ਵੀ ਬਣਾਏ ਨੇ ਤੁਸੀਂ ਹਾਂਜੀ ਉਹ ਘਰ ਹੀ ਵਾਈਟ ਗੋਲਡ ਵੀ ਹੈ ਆਰਡਰ ਇੱਕ ਤੇ ਵਾਈਟ ਗੋਲਡ ਦੀ ਰੈਸਪੀ ਕੀ ਹੈ ਉਸਤਾਦ ਜੀ ਤੁਹਾਡੇ ਕੋਲ ਫਰਾਂਸੀ ਹੈ ਤੇ ਕਮੱਗਰ ਉਹ ਕਮੱਗਰਾਂ ਦੀ ਫਰਾਂਸੀ ਪਾਕ ਇਹ ਕ੍ਰੀਜ਼ ਕੀਤੀ ਹੈ ਜਾਂ ਕ੍ਰੀਜ਼ ਸਾਫ਼ ਕਰਨ ਦੇ ਆ ਸਾਫ਼ ਕਰ ਕਰ ਰਿਹਾ ਸਾਫ਼ ਹਾਲੇ ਕੀਤੀ ਨਹੀਂ ਪ੍ਰੋਪਰ ਨਾ ਇਹਨੇ ਫੜਕਾਂ ਸ਼ੁਰੂ ਨੇ ਇਹਨਾਂ ਦੀਆਂ ਹਾਂਜੀ ਲੇਕਿਨ ਲੋਕ ਤਾਂ ਕਹਿੰਦੇ ਕ੍ਰੀਜ਼ ਦੇ ਵਿੱਚ ਕਬੂਤਰ ਕੱਟ ਜਾਂਦਾ ਨਹੀਂ ਜੀ ਕਬੂਤਰ ਬਣਿਆ ਹੋਵੇ ਨਹੀਂ ਕੱਟਦਾ ਗੰਜਾ ਵੀ ਕਰਦੇ ਹੋ ਨਹੀਂ ਕੱਟਦਾ ਕ੍ਰੀਜ਼ ਕਰੂਲ ਚ ਐਵੇਂ ਗੱਲਾਂ ਹੀ ਬਣੀਆਂ ਕਬੂਤਰ ਘੱਟ ਉੱਡ ਲਵੇ ਨਾ ਕਬੂਤਰ ਆਪਣਾ ਮੈਨੇਜ ਕਰਕੇ ਘਰ ਆ ਜਾਂਦਾ ਬਿਲਕੁਲ ਸਹੀ ਬਿਲਕੁਲ ਸਹੀ ਹੁਣ ਆ ਦੇਖਾਂਗੇ ਜੀ ਕ੍ਰੀਜ਼ ਹੀ ਨਹੀਂ ਖਤਮ ਹੋਣੀ ਇਹ ਦਿਖਾਈ ਜ਼ਰਾ ਸਾਰੀ ਮਾਸ਼ਾਅੱਲਾ ਜੀ ਵਾਈਟ ਗੋਲਡ ਦੇਖੋ ਜੀ ਕਿਤਨਾ ਖੂਬਸੂਰਤ ਆ ਵਾਕਈ ਵਾਈਟ ਗੋਲਡ ਆ ਪਰਫਾਰਮੈਂਸ ਵਾਈਜ਼ ਵੀ ਗੋਲਡ ਅੱਛਾ ਜੀ ਹਾਂਜੀ ਇਹਦੀ ਹਿੱਕ ਦਿਖਾਓ ਜ਼ਰਾ ਜਿੰਨਾ ਮਰਜ਼ੀ ਤੂਫਾਨ ਚੱਲੇ ਛੱਤ ਤੋਂ ਪਰੇ ਨਹੀਂ ਹੁੰਦਾ ਅੱਛਾ ਜੀ ਨਾ ਨਾ ਇਹਨੂੰ ਹਵਾ ਨਹੀਂ ਹਿਲਾ ਸਕਦੀ ਵਾਕਈ ਜਿੰਨੇ ਮਰਜ਼ੀ 100 ਕਬੂਤਰ ਹੋਏਗਾ ਰੁੜ ਜਾਏਗਾ ਇਕੱਲਾ ਛੱਤ ਹੀ ਰਹੇਗਾ ਸਾਜੀ ਬੜਾ ਪਸੰਦ ਹੈ ਕਬੂਤਰ ਇਨਸ਼ਾਅੱਲਾ ਮੋਰ ਵੀ ਖਾਏਗਾ ਜ਼ਰੂਰ ਔਰ ਉੜੇਗਾ ਵੀ ਸਨਾਰੀ ਦੇ ਨਾਲ ਇੱਕ ਹੋਰ ਸਿੱਟੀ ਹਾਂਜੀ ਉੱਤੇ ਹੀ ਬਾਤ ਇਹਦਾ ਦੂਰਬੀਨ ਆਈ ਦੂਰਬੀਨ ਲਿਆ ਵੇ ਉਹ ਦੂਰਬੀਨ ਲਿਆ ਕੇ ਬਾਅਦ
ਸਾਜੀ ਹੈ ਵੀ ਡਬਲ ਬਾਡੀ ਦਾ ਜੀ, ਫਿਕਸ ਕਬੂਤਰ ਬਾਜੀ ਚ ਹਰ ਤਰ੍ਹਾਂ ਦਾ ਕਬੂਤਰ ਰੱਖਣਾ ਪੈਂਦਾ ਹੈ ਜੈਨ ਸਾਹਿਬ, ਡਬਲ ਬਾਡੀ ਹੈ ਇਹਦੇ ਨਾਲ ਲਓ ਸਰ ਮਾਸ਼ਾ ਅੱਲਾ ਬਾਡੀ ਵੀ ਬੜੀ ਔਰ ਬਣਿਆ ਵੀ ਬਹੁਤ ਖੂਬ ਦਿਖਾਓ ਨੀ ਭਾਈ ਸਰ ਦੇਖ ਲੈਣਾ ਇੰਜ ਨੀ ਕਰਨਾ ਪੈਂਦਾ ਨਕਲੀ ਸਾਫ ਤਰ੍ਹਾਂ ਏਦਾਂ ਹੀ ਹੈ ਇੰਜ ਤਰਾਸ਼ੇ ਹੋਏ ਕਬੂਤਰ ਨੇ ਮਾਸ਼ਾ ਅੱਲਾ ਐਕਸੀਲੈਂਟ ਜੀ ਸਾਈਜ਼ ਵੀ ਬੜਾ ਇੱਥੇ ਹੋਰ ਵੀ ਕਿਸੇ ਨੇ ਰੱਖੇ ਉਸਤਾਦ ਜੀ ਬਹੁਤ ਇੱਥੇ ਆਲੇ ਦੁਆਲੇ ਸਰ ਇਹ ਕਿਹੜੇ ਨੇ ਜੀ ਇਹ ਵੀ ਇਸੇ ਕ੍ਰਾਸ ਮਾਸ਼ਾਅੱਲਾ ਮਾਸ਼ਾਅੱਲਾ ਲਓ ਜੀ ਬਈ ਲਾਜਵਾਬ ਕਬੂਤਰੀ ਨਾ ਬਾਈ ਕਸ਼ਮ ਇਹ ਵੀ ਨਾਰੀ ਇਹੀ ਤੇ ਕਾਮਯਾਬੀ ਹੈ ਜੀ ਸਾਡੇ ਕਬੂਤਰ ਕਬੂਤਰੀਆਂ ਲੱਗਣ ਜੈਨ ਸਾਹਿਬ ਇਹ ਕਾਮਯਾਬੀ ਨਾ ਮੇਰਾ ਕਿ ਕਬੂਤਰ ਕਬੂਤਰੀਆਂ ਲੱਗਣੇ ਚਾਹੀਦੇ ਹਾਂਜੀ ਉੱਡ ਉੱਡ ਕੇ ਹਾਂਜੀ ਇਹਦੇ ਨਾਲ ਹੀ ਵੇਖੋ ਉੱਚਾ ਹਾਂ ਇਹਦੇ ਨਾਲ ਹੀ ਉੱਪਰ ਉਹ ਵੇਖੋ ਕਿਹੜਾ ਆਪਣਾ ਵੱਡਾ ਹੀ ਆਪਣਾ ਬਰੀਕ ਉਸ ਤੋਂ ਉੱਤੇ ਬਹੁਤ ਸੁਪੀਰੀਅਰ ਕਬੂਤਰ ਆ ਮੇਰੇ ਖੁੱਡੇ ਦੇ ਮਾਸ਼ਾਅੱਲਾ ਵਾਕਈ ਜੀ ਕੋਈ ਸ਼ੱਕ ਨਹੀਂ ਕਿੰਨੇ ਵਜੇ ਬੈਠੀ ਅੱਜ ਉੱਡੀ ਲੱਗ ਰਹੀ ਮੇਰੇ ਹੱਥ 'ਚ ਤੇ ਹਾਂਜੀ ਉੱਡਿਆ ਇਹ ਤਕਰੀਬਨ ਕੋਈ ਚਾਰ ਕੁ ਦਿਨਾਂ ਬਾਅਦ ਛੱਡੇ ਜਾਣ ਬਈ ਪੌਣੇ 3 ਵਜੇ ਬੈਠੀ ਪੌਣੇ 3 ਬੈਠੀ ਹੈ ਮਾਸ਼ਾਅੱਲਾ ਯਕੀਨ ਕਰੋ ਜੀ ਹਲੇ ਵੀ ਇਹਦੇ 'ਚ ਇੰਨੀ ਕੁ ਕਪੈਸਿਟੀ ਕਿ ਹੁਣ ਛੱਡਦੀ ਹੈ ਫਿਰ ਬੰਦ ਵੜ ਜਾਏ ਹਾਲਾਂਕਿ ਦੇਖ ਲਓ ਕਿ 2 ਘੰਟੇ ਹੋਏ ਨੇ ਘੰਟਾ ਡੇਢ ਹੋਇਆ ਇਹਨੂੰ ਉੱਡ ਕੇ ਬੈਠੀ ਨੇ ਕੈਸਾ ਸਟਰਕਚਰ ਹੈ ਲਓ ਜੀ ਮਾਸ਼ਾਅੱਲਾ ਤੁਹਾਨੂੰ ਉਹ ਦਿਖਾਵਾ ਨਹੀਂ ਜ਼ਰਾ ਬਾਹਰ ਵੀ ਛੱਡੇ ਹੋਏ ਨੇ ਇੱਥੇ ਨਹੀਂ ਦਿਖਾਓ ਜ਼ਰਾ ਇਹਨੂੰ ਖੜੀ ਨੂੰ ਬ੍ਰੈਂਡ ਆਏ ਗੋਲਡਨ ਤੇ ਸ਼ਾਹਪੁਰਵਾਸ ਲਓ ਜੀ ਪੌੜੀਆਂ ਥਣੀ ਘਰ ਆ ਜਾਣ ਵਾਲਾ ਕਬੂਤਰ ਉੱਤੋਂ ਪੂਰਾ ਜੋੜਾ ਹੀ ਸੀ ਇੰਨਾ ਸਿਆਣਾ ਜੀ ਲਓ ਜੀ ਇਹ ਅਜੇ ਕੋਈ ਇਨਸਾਨ ਕਬੂਤਰ ਜਿਹਨਾਂ ਨੂੰ ਇਨਸਾਨ ਕਹਿੰਦੇ ਨੇ ਉਹ ਕਬੂਤਰ ਨੇ ਸ਼ਹਿਜ਼ਾਦਾ ਸਾਹਿਬ ਵੀ ਦੇਖ ਰਹੇ ਜੀ 107 ਵੇਵਰ ਨੇ ਮਾਸ਼ਾਅੱਲਾ ਇਸ ਟਾਈਮ ਹਲੀਮ ਵਾਲਾ ਦਾਨਾ ਮੈਂ ਚੌਲਾਂ ਤੇ ਪਾ ਖਾਣੀ ਹਾਂਜੀ ਮੈਂ ਕਿਹਾ ਸ਼ਹਿਜ਼ਾਦੇ ਹਲੀਮ ਵਾਲਾ ਦਿਖਾਨਾ ਤੈਨੂੰ ਚੌਲਾਂ ਤੇ ਪਾ ਕੇ ਖਾਣਾ ਮੇਰਾ ਚੌਲਾਂ ਵਾਲਾ ਨਾ ਹਲੀਮ ਉੱਤੇ ਪਾ ਕੇ ਖਾਣੇ ਚੌਲ ਜੀ ਅਸੀਂ ਦਿਖਾਓ ਯਾਰ ਲਓ ਜੀ ਇਹ ਸਭ ਕਬੂਤਰ ਆਏ ਨੇ ਇਹ ਮੇਰਾ ਫੇਵਰੇਟ ਪਰ ਜੀ ਦੋਸਤ ਅੰਦਰ ਐਂਟਰ ਹੋ ਜਾਣਾ ਬਾਜ਼ਾਰ ਦੀ ਤਰਫ ਇਹ ਮੇਰਾ ਫੇਵਰੇਟ ਪਰ ਹੈ ਸਫਦਰ ਬਾਜਵਾ ਦੀ ਚੱਕੀ ਦਾ ਪੁੱਛ ਉਧਰ ਜਿਸ ਸੇ ਮਰਜ਼ੀ ਪੁੱਛ ਲੋ ਚੱਕੀ ਹੈ ਸਫਦਰ ਬਾਜ ਛੋਟਾ ਸਾ ਪਲਾਜ਼ਾ ਹੈ ਬਰਾਊਨ ਕਲਰ ਦਾ ਉਸਕੇ ਸਾਹਮਣੇ ਬਈ ਲਾਜਵਾਬ ਪਰ ਯਾਰ ਜੋ ਲਪਾਰੀ ਕੇ ਸਾਹਮਣੇ ਸੀ ਨਹੀਂ ਜੋ ਲਪਾਰੀ ਦਾ ਗੇਟ ਉਸਕੇ ਆਗੇ ਐਂਟਰ ਹੋ ਰਹੀ ਨਾ ਨਹੀਂ ਉਹ ਆਖਰ ਤਿੰਨ ਪਰਾਂ ਤੋਂ ਲੈ ਕੇ ਬਗਲ ਤੱਕ ਆਉ ਜਰਾ ਉਧਰ ਐਂਟਰ ਹੋ ਜਾਓ ਉਧਰ ਜਦ ਚੌਕ ਆ ਜਾਏਗਾ ਨਾ ਪਹਿਲਾਂ ਹੀ ਥੋੜਾ ਸਾ ਹੀ ਉਹ ਤਕਰੀਬਨ ਕੋਈ ਐਸੇ ਹੀ 40 ਹਾਂਜੀ ਸੜਕ ਹੈ ਔਰ ਦੇਖੋ ਤੁਸੀਂ ਉਹਨੇ ਆਵਾਜ਼ ਕੱਟੀ ਜਾ ਰਹੀ ਹੈ ਮੇਰਾ ਅੰਗੂਠਾ ਕਿੰਨਾ ਟੱਕਿਆ ਕੰਡ ਕਿੰਨੀ ਟੱਕੀ ਹੈ ਕਿੱਡੀ ਅੱਛੀ ਬਗਲ ਦਾ ਕਬੂਤਰ ਰਾਈਟ ਸਾਈਡ ਤੇ ਚੱਕੀ ਲਾਜਵਾਬ ਐਕਸੀਲੈਂਟ ਹੈਲੋ
ਸ਼ਹਿਜ਼ਾਦਾ ਦੇਖ ਰਿਹਾ ਹਾਂ ਦੇਖ ਰਿਹਾ ਜੀ ਸ਼ਹਿਜ਼ਾਦੇ ਨੂੰ ਹਲੀਮ ਵਾਲਾ ਦਿਖਾਓ ਹਲੀਮ ਵਾਲਾ ਆ ਗੱਲ ਕਰ ਰਹੀ ਸ਼ਹਿਜ਼ਾਦਾ ਆ ਉਧਰ ਦੇਖ ਲਾ ਹਲੀਮ ਵਾਲਾ ਥੋੜਾ ਜਿਹਾ ਪਾਜੀ ਦਾ ਸਾਜੀ ਖਾਣੇ ਆ ਉਹ ਮੈਂ ਕਿਹਾ ਹਲੀਮ ਵਾਲਾ ਦੇਖ ਲਾ ਉਹ ਚੱਲਦਾ ਪਿਆ ਨੈਟ ਤੇਰਾ ਆ ਦੇਖ ਆ ਹਲੀਮ ਵਾਲਾ ਦੇਖ ਜ਼ੈਨ ਦਾ ਹਾਰੇ ਤਾਂ ਸੁਪੀਰੀਅਰ ਉਹ ਅੱਜ ਚੈੱਕ ਕਰੋ ਸਾਜ ਜੀ ਇਹ ਹਲੀਮ ਵਾਲਾ ਜੀ ਹਲੀਮ ਵਾਲਾ ਜੀ ਸ਼ਹਿਜ਼ਾਦੇ ਕੇ ਪਾਸ ਹੈ ਚੌਲੋਂ ਵਾਲਾ ਇਹ ਹਲੀਮ ਮੈਂ ਉੱਪਰ ਡਾਲੂਗਾ ਔਰ ਪੂਰੀ ਪਲੇਟ ਖਾ ਜਾਊਂਗਾ ਦੇਖੋ ਨਾ ਜੀ ਸਹੀ ਦੱਸਣਾ ਜੀ ਉਸਤਾਦ ਸਹੀ ਮੈਂ ਨਹੀਂ ਬੁੱਕਦੀ ਨਹੀਂ ਮੈਂ ਫਟਾਫਟ ਚੌਥਲੋ ਚੌਲ ਖਾ ਲੈਣੇ ਹਲੀਮ ਰਹਿ ਜਾਣੀ ਕੋਈ ਸ਼ੱਕ ਨਹੀਂ ਸ਼ਹਿਜ਼ਾਦੇ ਦੇਖ ਲਿਆ ਜੈਨਵਨ ਦੱਸੀ ਇਮਾਨਦਾਰੀ ਨਾਲ ਉਸਤਾਦ ਆਦਮੀ ਲੋ ਜੀ ਨੋ ਡਾਊਟ ਹੈ ਬਹੁਤ ਹੀ ਆਲਾ ਅੱਲਾ ਦੀ ਕਸਮ ਹੈ ਪਹਿਲੇ ਦਿਨ ਛੱਡਿਆ ਸਤਾਰ ਰਾਤ ਨੂੰ ਲੱਗਾ ਓਏ ਹੋਏ ਹੋਏ ਅਸ਼ਕ ਕੰਨ ਕਸਾਇ ਜਿਹੜਾ ਲੈਣਾ ਨਹੀਂ ਸੀ ਮਿਹਰਬਾਨੀ ਸਾਰੇ ਤੇਰੀ ਤੇ ਤੇਰੀ ਵੱਡਾ ਭੰਨ ਤੇਰਾ ਸਾਹ ਸਾਹ ਜੀ ਤੁਹਾਡਾ ਵੱਡਾ ਭੰਨ ਤੇ ਤੁਹਾਡਾ ਵੱਡਾ ਭੰਨ ਦੇਖੋ ਜੀ ਕੈਸੀ ਜ਼ਮੀਨ ਹੈ ਕਬੂਤਰ ਦੀ ਅੱਛਾ ਕਾਸ਼ਪ ਭਾਈ ਇੱਕ ਗੱਲ ਜ਼ਰਾ ਦੱਸਣਾ ਤੁਸੀਂ ਕਹਿ ਰਹੇ ਨਾਰੋ ਹੋਣੇ ਚਾਹੀਦੇ ਉੱਡ ਉੱਡ ਮਾਦੀਆਂ ਲੱਗਣ ਇਸ ਗੱਲ 'ਚ ਕੀ ਲਾਜੇਗਾ ਮਸਤੀ ਵਾਲਿਆਂ ਨੇ ਕੀ ਉੱਡਣਾ ਇਸੇ ਲਾਜਿਕ ਇਹ ਕੁੱਟ ਕੇ ਰੱਖੋ ਅੱਛਾ ਖੁੱਡੇ 'ਚੋਂ ਠਾਪ ਨਹੀਂ ਆਉਣੀ ਚਾਹੀਦੀ ਆਵਾਜ਼ ਅੱਛਾ ਜੀ ਜਦੋਂ ਕਬੂਤਰ ਪਰਿਵਾਰੇ ਜੜੇ ਹੋਣ ਨਾ ਗੁੱਡਣ ਦੀ ਆਵਾਜ਼ ਆਵੇ ਉੱਡਣ ਵਾਲੇ ਖੁੱਡੇ 'ਚੋਂ ਨਾ ਠਾਪ ਮਾਰਨ ਦੀ ਅੱਛਾ ਜੀ ਇਹ ਗੱਲ ਯਾਦ ਰੱਖਣਾ ਮੇਰੀ 152 ਵੀਵਰਸ ਨੇ ਜੀ ਮਾਸ਼ਾਅੱਲਾ ਨਾਲ ਇਸ ਟਾਈਮ ਹੋਰ ਸਰ 54 ਇਹ ਨਹੀਂ ਹੁਣ ਮੈਂ ਕਹਿਣਾ ਲਾਈਵ ਇਹਦਾ ਨਾਂ ਕੋਈ ਹੋਰ ਲਓ ਹੈਡ ਟੇਲ ਕਰ ਲਓ ਲੈ ਵੀ ਟੁੰਨਿਆ ਹੈਡ ਟੇਲ ਕਰ ਲਓ ਹੈਡ ਟੇਲ ਹੈ ਜੀ ਅੱਛਾ ਜੀ ਹੈਡ ਐਂਡ ਟੇਲ ਦੇਖੋ ਜੀ ਹੱਥ ਪਾ ਲਿਆ ਤੁਸੀਂ ਹੈ ਪਤਾ ਲੱਗ ਗਿਆ ਹੋਣਾ ਤੁਹਾਨੂੰ ਲੇਕਿਨ ਇਹ ਵਿਊਵਰਸ ਨੂੰ ਇਹ ਪਤਾ ਲੱਗਣਾ ਹਾਂਜੀ ਲਓ ਜੀ ਪਿਛਲਾ ਵੀ ਜਿਹੜਾ ਅਸੀਂ ਜਿਹਨੂੰ ਹਲੀਮ ਵਾਲਾ ਕਹਿ ਰਹੇ ਸੀ ਨਾ ਇਹ ਇੱਕੋ ਕਲਾਸ ਦੇ ਕਬੂਤਰ ਨੇ ਤੁਹਾਨੂੰ ਕਿਆ ਬਾਤ ਹੈ ਯਾਰ ਐਸੀ ਪਰਾਂ ਦੀ ਤਾਸ਼ ਔਰ ਐਸੀ ਪਰਾਂ ਦੀ ਸਮਿਟਰੀ ਹੈ ਕਿ ਕਮਾਲ ਹੋ ਗਈ ਛੱਬੀ ਕਹਿ ਰਿਹਾ ਕੁਛ ਪਤਾ ਨਹੀਂ ਹੁਣ ਕੀ ਹੈ ਛੱਬੀ ਹਨੀ ਨੂੰ ਪਤਾ ਹਨੀ ਨੂੰ ਪਤਾ ਕੰਨ 'ਚ ਟੋਟੀ ਵੀ ਲੱਗ ਜਾਂਦੀ ਉਹ ਹੈ ਮਨ ਮਨ ਟੂਟੂ ਵੀ ਆਉਣ ਲੱਗ ਪੈਂਦੀ ਇਹ ਕਿਹੜੇ ਕਬੂਤਰ ਨੇ ਉਸਤਾਦ ਜੀ ਉਹੀ ਡੱਬ ਵਾਲੇ ਸ਼ਾਹਪੁਰਵਾਸ ਜੀ ਡੱਬ ਵਾਲੇ ਤੇ ਸ਼ਾਹਪੁਰਵਾਸ ਬਾਜਵਾ ਸਾਹਿਬ ਵਾਲੇ ਡੱਬ ਵਾਲੇ ਜੀ ਸ਼ਾਹ ਸਾਹਿਬ ਵਾਲੇ ਸ਼ਾਹਪੁਰਵਾਸ ਜੀ ਕਿਆ ਬਾਤ ਹੈ ਬਾਡੀ ਦੇਖੋ ਜੀ ਇਹਦੀ ਵੰਡਰਫੁਲ ਕਹਿ ਰਹੇ ਸ਼ਹਿਜ਼ਾਦਾ ਸਾਹਿਬ ਵੰਡਰਫੁਲ ਥੈਂਕ ਯੂ ਸ਼ਹਿਜ਼ਾਦਾ ਜੀ ਸ਼ਹਿਜ਼ਾਦਾ ਹੀ ਲੱਗ ਰਿਹਾ ਵੱਡਾ ਮੁੰਡਾ ਹੀ ਲਿਖ ਰਿਹਾ ਕਮੈਂਟ ਜ਼ਬਰਦਸਤ ਟੁੰਨਾ ਜੀ ਕਿਆ ਬਾਤ ਹੈ ਬਹੁਤ ਅਲੱਗ ਟੁੰਨਾ ਜੀ ਬੱਚਿਆਂ ਦਾ ਸ਼ੌਕ ਕਰਾਓ ਜਿਹੜੇ ਆਖਰੀ ਵਾਰੀ ਵਿਨ ਕੀਤੀ 7-15 ਵਾਲਾ ਰਾਏ ਸਾਹਿਬ ਵਾਲੇ ਰਾਏ ਸਾਹਿਬ ਵਾਲਾ ਦਿਖਾਓ ਟੁੰਨਾ ਜੀ ਰੋ ਕਾਸ਼ਿਪ ਸਾਹਿਬ ਕਬੂਤਰਾਂ ਦੇ ਵਿੱਚ ਪਰਾਂ ਦਾ ਚੰਗਾ ਹੋਣਾ ਤਾਂ ਜ਼ਰੂਰੀ ਹੈ ਲੇਕਿਨ ਜੋੜ ਕਿੱਦਾਂ ਦੇ ਹੋਣੇ ਚਾਹੀਦੇ ਉੜਨ ਵਾਲੇ ਕਬੂਤਰ ਦੇ ਬੜਾ ਔਖਾ ਸਵਾਲ ਕਿੰਨੇ ਸਿੱਧੇ ਬਿਲਕੁਲ ਇਹ ਉਂਗਲੀ ਤਰ੍ਹਾਂ ਜੇ ਇੰਜ ਹੋ ਜਾਣ ਤੇ ਸਭ ਤੋਂ ਵਧੀਆ ਜੇ ਇੰਜ ਵੀ ਰਹਿ ਜਾਣ ਤੇ ਫਿਰ ਵੀ ਵਧੀਆ ਇੰਜ ਕਿੱਦਾਂ ਨੂੰ ਹੋ ਜਾ ਮਤਲਬ ਪਿੱਛੇ ਸਿੱਧੇ ਸਿੱਧੇ ਜੀ ਪਿੱਛੇ ਨੂੰ ਥੱਲੇ ਨੂੰ ਕਿ ਪਿੱਛੇ ਨਾ ਥੱਲੇ ਨੂੰ ਮਤਲਬ ਥੱਲੇ ਉਹ ਫੁੱਟਬਾਲ ਖੇਡਣਾ ਉਹਨਾਂ ਨੇ ਅੱਛਾ ਪਿੱਛੇ ਹਾਂ ਜੀ ਪਿੱਛੇ ਆ ਦੇਖੋ ਇਹ ਦੱਸ ਰਿਹਾ ਹੱਡੀ ਦੇ ਨਾਲ ਜਾ ਰਹੇ ਦੋ ਇਹ ਇੰਜ ਹੀ ਰਹਿਣ ਇਹ ਇੰਜ ਹੋ ਜਾਂਦੇ ਸਭ ਤੋਂ ਵਧੀਆ ਹੋਣ ਲੰਬੇ ਸੁਣ ਲਓ ਇੱਕ ਸਾਡੇ ਭਾਈ ਸੁਣ ਰਹੇ ਹੋ ਨੇੜੇ ਕਰ ਲੈਂਦੇ ਜ਼ਰਾ ਇਹਨੇ ਨੇ ਉਹ ਨਹੀਂ ਅੱਛੇ ਉਹ ਭਾਈ ਕੌਣ ਤੁਹਾਡੇ ਉਹ ਥੋੜੇ ਦੋ ਪੋਟੇ ਕਰ ਲਿਆ ਕਰੋ ਪਰਫਾਰਮੈਂਸ ਅੱਛੀ ਹੋ ਜਾਏਗੀ ਅੱਛਾ ਜੀ ਹਾਂਜੀ ਯਾਨੀ ਕਿ ਯਾਨੀ ਕਿ ਜਿਹੜੇ ਜੋੜ ਨੇ ਲੰਬੇ ਹੋਣ ਤੇ ਦੁਮ ਦੀ ਤਰਫ ਹੋਣ ਹਾਂਜੀ ਬਿਲਕੁਲ ਠੀਕ ਬਿਲਕੁਲ ਹੀ ਹੱਡੀ ਦੇ ਨਾਲ ਨਾ ਹੁਣ ਕੋਈ ਐਗਜ਼ੌਸਟ ਨਹੀਂ ਫਿਰ ਮੈਂ ਜਿੰਨੇ ਵੀ ਕਬੂਤਰ ਤੁਹਾਡੇ ਦੇਖੇ ਹੱਡੀ ਔਰ ਜੋੜ 'ਚ 2 ਇੰਚ ਦਾ ਫਰਕ ਹਾਂਜੀ ਬਲਕਿ 1.5 ਇੰਚ ਦਾ 2 ਇੰਚ ਦਾ ਕਨਫਰਮ ਕਨਫਰਮ ਸਾਡੇ ਭਾਈ ਸੂਤਰਕ ਦਾ ਫਰਕ ਰੱਖਦੇ
ਫਿਰ ਉਹ ਇਸ ਲਈ ਟਾਈਮਲੀ ਆ ਜਾਂਦੇ। ਲੇਕਿਨ ਜਿਹੜੇ ਪੁਰਾਣੇ ਬੰਦੇ ਉਹ ਤਾਂ ਕਹਿੰਦੇ ਸੀਗੇ ਜਿੰਨਾ ਹੱਡੀ ਦੇ ਜੋੜ ਨਜ਼ਦੀਕ ਹੋਏਗਾ ਉਨੀ ਰਿਕਵਰੀ ਅੱਛੀ ਹੈ। ਇਸ ਗੱਲ ਹਾਂਜੀ ਪੁਰਾਣੇ 12 ਵਜੇ ਬਹਿੰਦੇ ਰਹੇ ਜੀ, ਉਹ ਢੋਲ ਵੱਜ ਜਾਂਦੇ ਸੀ 12 ਵਜੇ। ਲੋ ਜੀ ਕੈਸੀ ਮਜ਼ੇਦਾਰ ਪਰਾ ਦੀ ਚਲਾਈ ਪਹਿਲੇ ਪਾਰ ਤੋਂ ਲਾਜਵਾਬ, ਬਾਕੀ ਨੋ ਡਾਊਟ ਜੀ। ਇਹ ਜ਼ੈਨ ਬਾਈ ਹੈ ਜਿਹੜਾ ਬੱਚਾ ਹੈ ਨਾ, ਇਹ ਸਾਡਾ ਪੈਮਾਨਾ ਹੈ ਕਬੂਤਰਬਾਜ਼ੀ ਦਾ। ਅੱਛਾ ਜੀ, ਜਿਹੜੀ ਪਰਫਾਰਮੈਂਸ ਇਹਦੀ ਆਣੀ ਨਾ ਸਾਨੂੰ ਪਤਾ ਲੱਗ ਜਾਂਦਾ ਉੱਪਰ ਕੀ ਹੋ ਗਿਆ। ਅਗਰ ਇਹ ਟਾਈਮ ਨਾ ਬਹਿ ਗਿਆ ਤਾਂ ਉੱਤੋਂ ਨਹੀਂ ਆਉਂਦਾ ਕੋਈ। ਹਾਂ ਇਹ ਤਾਂ ਹੈ, ਇਹ ਤਾਂ ਹੁਣੇ ਕਰ ਰਿਹਾ। ਦੇਖੋ ਜ਼ਰਾ ਤਾਜੀ, ਇਹ ਤਾਂ ਮੋਹਰਾ ਬੜਾ ਖਤਰਨਾਕ ਹੈ। ਹਾਂਜੀ ਮੋਹਰੇ ਦੇਖੋ ਯਾਰ ਕੈਸੀ ਖੂਬਸੂਰਤ ਆਖਿਆ, ਔਰ ਇਤਨਾ ਜ਼ਬਰਦਸਤ ਅਕਲਮੰਦ ਕਬੂਤਰ ਆ ਜਾਂ ਕਬੂਤਰੀ ਹੈ, ਔਰ ਜ਼ਮੀਨ ਜਵਾਬ ਨਹੀਂ ਜ਼ਮੀਨ ਦਾ। ਚਾਰ ਪਾਰ ਅੰਦਰ ਦੇ ਇਸ ਤਰ੍ਹਾਂ ਹੀ ਹੋਣੇ ਚਾਹੀਦੇ ਕਬੂਤਰ ਜਿਸ ਤਰ੍ਹਾਂ ਇਹਦੇ। ਔਰ ਕੋਈ ਵੇਟ ਨਹੀਂ ਹੈ, ਲੇਕਿਨ ਜਿਸਮ ਇੰਨਾ ਮੁਲਾਇਮ ਹੈ। ਕੁਝ ਪੱਟੀ ਵਾਲਿਆਂ ਦੇ ਵਾਲੇ ਨਾ ਕੁਛ ਕੁਛ ਕਹਿ ਰਹੇ ਸੀ। ਮੈਂ ਕਹਿ ਰਿਹਾ ਕਿ ਸਾਡੇ ਸਾਹਮਣੇ ਆ ਕੇ ਜੀ 3 ਵਜੇ ਸਾਹਮਣੇ ਆ ਜਾਣ ਤੇ ਅੱਲਾ ਦੇ ਹੁਕਮ ਨਾਲ ਰਾਤ ਤੋਂ ਪਹਿਲੇ ਨਹੀਂ ਬੈਠ ਸਕਦੇ। ਇਹ ਗੱਲ ਮੈਂ ਕੋਈ 5-6 ਸਾਲ ਪਹਿਲੇ ਇੱਕ ਆਪਣੇ ਬੜੇ ਅੱਛੇ ਦੋਸਤ ਨੂੰ ਕਹੀ ਸੀ ਕਿ ਜਦੋਂ 3 ਵਜੇ ਤੋਂ ਬਾਅਦ ਨਿਕਲਣਗੇ ਅੱਲਾ ਦੇ ਹੁਕਮ ਨਾਲ ਰਾਤ ਨੂੰ ਬੈਠਣਗੇ, ਤੇ ਜਿਹਦੇ ਵੀ ਇਨਸ਼ਾਅੱਲਾ ਉਡਾਵਾਂਗੇ ਅੱਲਾ ਤੋਂ ਡਰ ਕੇ ਕਹਿੰਦਾ 3 ਵਜੇ ਸਾਹਮਣੇ ਆਇਆ ਰਾਤ ਨੂੰ ਹੀ ਬੈਠੇਗਾ, ਫਿਰ ਲੋਕ ਕਹਿਣਗੇ ਪੱਟੀ ਵਾਲੇ। ਬਹੁਤ ਖੂਬ, ਦਿਖਾਓ ਜੀ ਕਿਆ ਦੇਖ ਲੈਣਾ ਪੱਟੀ ਵਾਲਾ ਇੱਕ ਹੋਰ। ਓਏ ਹੋਏ ਕੈਸਾ ਇੰਜਨ ਲੱਗਾ ਪੱਟੀ ਵਾਲਾ, ਔਰ ਇਹ ਉਹੀ ਜੋੜ ਲੱਗਾ ਜਿਹੜਾ ਤੁਸੀਂ ਵੀ ਰਾਤ ਨੂੰ ਬੈਠਣਾ, ਜਿਹੜਾ ਤੁਸੀਂ 7:45 ਜਿਹੜਾ ਤੁਸੀਂ ਦੱਸ ਰਹੇ ਹੋਗੇ ਜੋੜ ਮੋਰ ਦਿਖਾ ਦੇਣਾ ਜ਼ਰਾ ਮੋਰ ਦਿਖਾ ਲੋ ਵੇ। ਇਹ ਸ਼ਹਜ਼ਾਦੇ ਦੀ ਮੋਰ ਲੱਗੀ ਜੀ ਇੱਥੇ, ਹਾਂਜੀ ਸ਼ਹਜ਼ਾਦਾ ਚੰਗ ਰੋਡ 2-4-5 ਦਿਨ ਤੋਂ ਬਾਅਦ ਕੱਢੇ 197 ਬੰਦੇ ਲਾਈਵ ਆ ਸਾਡੇ। ਮੈਂ ਕਿਹਾ ਦਹਾਈ ਜਣਾ ਪੱਟੀ ਵਾਲੇ ਉੱਡ ਗਏ ਸੀ ਅੱਗੇ। ਬਗਲ ਦੇਖੋ ਜੀ ਦੋਸਤੋ, ਬਗਲ ਦਾ ਸਾਈਜ਼ ਤੇ ਦੇਖੋ, ਬਾਜ਼ਾਰੀ ਤੇ ਬਗਲ ਔਰ ਇਹ ਮੋਰਾ ਔਰ ਇਹ ਅੱਖ, ਯਕੀਨ ਕਰੋ ਇਹ ਕਬੂਤਰ ਲੋਕਾਂ ਦੇ ਜੋੜਿਆਂ ਚ ਕਬੂਤਰ ਨੇ। ਕੁਛ ਹਾਸਰ ਮੇਰੇ ਸ਼ਹਿਰ ਦੇ ਨਾ ਪੱਟੀ ਵਾਲੇ ਕਹਿੰਦੇ ਇਹਨਾਂ ਨੂੰ, ਜ਼ਰਾ ਕਲੋਜ਼ ਕਰੀਆਂ ਨੀ ਬਈ, ਹਾਟ ਨਾ ਪਹੁੰਚੇ ਥੂ ਕੌੜੀ, ਇਹ ਥੂ ਕੌੜੀ ਕਰਨ ਡਏ ਹੁਣ ਲਾਜਵਾਬ। ਇਹਨਾਂ ਨੂੰ ਸ਼ਰਾਰਾ ਹੀ ਚਾਹੀਦਾ ਮੈਦਾਨ ਜਾਣ, ਇੰਜ ਭੱਜਣ ਕਮਾਲ ਦੀ ਅੱਖ ਹੋਣੇ, ਅੱਖ ਦੀ ਕਮਾਲ ਦੀ ਅੱਖ ਦੇ ਵਿੱਚ ਸ਼ਾਈਨਿੰਗ ਹੈ ਚਮਕ ਆ। ਔਰ ਦੇਖੋ ਤੁਸੀਂ ਇਹਦਾ ਕੈਸੀ ਹੋਰੀ ਕੈਸਾ ਮੋਰਾ, ਲੋ ਜੀ ਇਹ ਕੁੰਦਾ ਲਜੇ ਬੱਚਿਆਂ ਦੇ ਵਿੱਚ, ਲੰਬੀ ਬੱਚਿਆਂ ਦੇ ਵਿੱਚ ਇਹ ਕੁੰਦਾ ਜੇ ਮੇਰੀ ਮੇਰਾ ਫੇਵਰਟ। ਕਿੰਨੇ ਵਜੇ ਤੱਕ ਬੈਠਾ ਜੀ ਇਹ ਬੱਚਾ? ਇਹ ਬੰਦਾ ਮੇਰੇ ਕੋਲ 7:40 ਤੱਕ ਬੈਠਾ ਵੈਸੇ, ਲੇਕਿਨ ਇਹ ਬਾਜੀ ਦੇ ਵਿੱਚ ਥੋੜਾ ਜਿਹਾ ਨਾ ਮੈਂ ਬੰਨ ਕੇ ਛੱਡਿਆ ਸੀ ਬੁੱਧ ਵਾਲੇ ਦਿਨ,
ਤੇ 4 ਵਜੇ ਥੱਲੇ ਆਏ ਤੇ ਤੂਫਾਨ ਵੱਜ ਗਿਆ, ਪੂਰਾ ਮੀਂਹ ਉੱਤੇ ਪੈ ਗਿਆ, ਬੱਚਾ ਮੇਰਾ ਖਰਾਬ ਹੋ ਗਿਆ। ਰੋਸ਼ਨ ਨਜ਼ੀਰ ਵੀ ਮੇਰਾ ਗੱਲ ਨੀਵੀ ਵਾਲੀ ਰੱਖੇ। ਇਹ ਦੇਖੋ ਜੀ ਮਾਸ਼ਾਅੱਲਾ, ਮੀਆਂ ਨਜ਼ੀਰ ਗਰੁੱਪ ਕਹਿ ਰਿਹਾ ਜੀ ਆਪ ਹੀ ਨੀਵੀ ਵਾਲੇ ਆ, ਇਹ ਉਹਨਾਂ ਦੇ ਹੀ ਕਬੂਤਰ ਆ, ਕੱਢ ਦਿਓ ਘਰੋਂ। ਇਹ ਦੇਖੋ ਜੀ, ਬਾਤੇ ਨਾ ਕਰੋ ਭਾਈ, ਬਾਤੇ ਨਾ ਕਰੋ, ਮੈਦਾਨ ਲਗਾ ਹੋਇਆ, ਮੈਦਾਨ ਮੇ ਆਓ ਆ। ਉੱਚੀ ਆ ਨਾ ਨੀਵੀ ਵਾਲੇ, ਜਦੋਂ ਨੀਵੀ ਵਾਲੇ ਆ ਗਏ ਤਾਂ ਬਿਲਕੁਲ ਹੀ ਅਗਲੇ ਯਾਰ ਦੇਖਲਾ ਜੀ, ਸੱਚ ਬੋਲਦਾ ਉਹਦੀ ਕਬੂਤਰੀ ਦਾ ਬੱਚਾ। ਹਾਂ, ਅਮਾਨੀ ਕੁਰਾਨੀ, ਅਮਾਨੀ ਕੁਰਾਨੀ ਰੋਸ਼ਨ ਦੀ ਭੈਣ ਦਾ, ਉਹਨੂੰ ਪਤਾ ਨਹੀਂ ਰੋਸ਼ਨ ਦੀ ਭੈਣ ਹੈ ਕਿ ਨਹੀਂ, ਅਸੀਂ ਉਹ ਉਹਨੂੰ ਪਤਾ ਹੋਏਗਾ ਜਿਹਨੇ ਜਿੱਤੀ। ਲੇਕਿਨ ਫਿਰ ਉਹ ਨੀਵੀ ਵਾਲੀ ਲੱਗਦੀ ਮੈਨੂੰ। ਇਹਦਾ ਦੇਖੋ ਨਹੀਂ ਭਾਈ, ਮੋਰ ਦਿਖਾਈ ਆ ਨਾ ਭਾਈ। ਹਾਂਜੀ, ਇਹ ਦੇਖੋ ਮੋਰ ਦਿਖਾਤੀ ਅੱਗੇ ਮੋਰ। ਜੈਨ ਸਾਹਿਬ ਤੁਸੀਂ ਦੇਖ ਰਹੇ ਹੋ, ਵੈਸੇ ਤੁਸੀਂ ਮੀਡੀਆ ਵਾਲੇ ਹੋ, ਤੁਹਾਨੂੰ ਲੱਗ ਰਿਹਾ ਇਹ ਪੱਟੀ ਵਾਲੇ? ਛੱਤ ਤੇ ਕੋਈ ਵੀ ਦੇਖਿਆ ਹੋਵੇਗਾ, ਇਹ ਤਾਂ ਜ਼ਿਆਦਤੀ ਹੈ ਨਾ ਇਹੋ ਜਿਹੀ ਗੱਲ ਕਰਨੀ। ਸਰ ਗੱਲ ਇਹ ਹੈ ਕਿ ਤੁਸੀਂ ਆਪਣੇ ਮੁਖਾਲਫ ਜਿਹਨਾਂ ਨਾਲ ਤੁਹਾਡੀ ਬਾਜ਼ੀ ਲੱਗੀ ਹੈ, ਹਾਂਜੀ ਹਾਂਜੀ, ਉਹ ਆਪਣਾ ਮੁਨਸਬ ਭੇਜ ਕੇ ਜ਼ਹਿਨੀ ਤੌਰ ਤੇ ਸੈਟੀਸਫਾਈ ਹੋ ਕੇ ਤੁਹਾਡੇ ਨਾਲ ਬਾਜ਼ੀ ਫੇਰ ਲਾ ਰਹੇ ਤੇ ਗੱਲ ਖਤਮ ਹੋ ਗਈ। ਬਾਹਰ ਜਿਹਨਾਂ ਨਾਲ ਬਾਜ਼ੀ ਨਹੀਂ ਉਹ ਜੋ ਮਰਜ਼ੀ ਕਹੀ ਜਾਣ, ਗੱਲ ਤਾਂ ਇਹ ਹੈ ਜਿਹਨਾਂ ਨਾਲ ਤੁਹਾਡੀ ਬਾਜ਼ੀ, ਜਿਹਨਾਂ ਨਾਲ ਤੁਹਾਡਾ ਸ਼ੌਕ ਆ ਉਹ ਮੁਤਮਈਨ ਹੈ, ਦੈਟਸ ਆਲ। ਇਹ ਦੇਖੋ ਜੀ ਉਸਤਾਦ ਸ਼ਹਿਜ਼ਾਦੇ ਦੀ ਮੋਹਰ ਲੱਗੀ ਹੈ ਜੀ। ਯਾਰ ਜਵਾਬ 7:30 ਵਜੇ 8:30 ਵਜੇ ਤੱਕ ਬੱਚਾ ਬੈਠਾ, ਯਕੀਨ ਕਰੋ ਬਈ ਲਾਜਵਾਬ ਲਾਜਵਾਬ। ਹੈਲੋ ਹੈਲੋ ਹੈਲੋ, ਇਹ ਸਾਰੇ ਕਰਦੇ ਹੀ ਨੇ ਬੱਚੇ, ਇਹ ਰਾਏ ਸਾਰਾ 76 ਨੰਬਰ। ਅੱਛਾ, ਮਜ਼ਹਰ ਨਿਆਜ਼ੀ ਸਾਹਿਬ ਕਸੂਰ ਤੋਂ ਸਲਾਮ ਕਹਿ ਰਹੇ ਤੁਹਾਨੂੰ। ਵਾਲੇਕੁਮ ਸਲਾਮ ਸਾਹਿਬ, ਮਜ਼ਹਰ ਨਿਆਜ਼ੀ ਸਾਹਿਬ। ਕੀ ਲਿਖ ਰਹੇ ਭਾਈ? ਮੀਆਂ ਉਮਰ ਸਾਹਿਬ ਇਨ ਬਹੁਤ ਅੱਛਾ ਜੀ ਮਾਸ਼ਾਅੱਲਾ। ਦੇਖੋ ਕੁੰਦੇ ਦੀ ਗ੍ਰਿਪ, ਕੁੰਦੇ ਦਾ ਸਾਈਜ਼ ਦੋਮ ਤੱਕ ਹੈ ਕੁੰਦਾ, ਇੱਕ ਪਾਰ ਦੋਮ ਦਾ। ਕੋਈ ਫੜਿਆ ਨਹੀਂ, ਕੋਈ ਸਿੱਧਾ ਨਹੀਂ ਆ, ਦੇਖੋ ਇੱਕ ਪਾਸ ਵੀ ਕਰਨਾ ਹੀ ਨਹੀਂ ਪੈਂਦਾ। ਔਰ ਬੜਾ ਕਮਾਲ ਬੱਚਾ, ਆਖਰੀ ਬੜਕ ਰਾਤ ਰਹਿ ਗਿਆ ਸੀ, ਮੋਰ ਦਿਖਾ ਦੇਣਾ ਸੀ, ਇਹ ਪਿਓਰਲੀ ਡੱਬਲ ਹੈ ਮਾਂ ਪਿਓ। ਅਤੇ ਉਸ ਦਿਨ ਜਿਸ ਦਿਨ ਜਿੱਤੇ ਨਹੀਂ ਬਾਜੀ 3-4 ਟਰਾਲੀ ਦੇ, ਹਾਂਜੀ, ਅਤੇ ਨਾਲ ਆ ਕੇ ਮੁੜ ਗਿਆ ਅਤੇ ਕਦੀ ਰਿਹਾ ਨਹੀਂ, ਵੈਸੇ ਅਗਲੇ ਦਿਨ 1:30 ਵਜੇ ਬੈਠਾ ਜੀ। ਹੈਲੋ, ਹਾਂਜੀ ਭਾਈ, ਮੈਂ ਆਪਣੇ ਹੱਥ 'ਚ ਫੜੀ ਬੋਤਲ, ਮੈਂ ਆ ਰਿਹਾ ਘਰ। ਹਾਂ, ਮੈਚ ਤੋਂ ਬਾਅਦ ਮੋੜ ਦਿਖਾ ਦਿਓ ਜੀ ਮੇਰੇ ਮੈਰ ਜੀ। ਓਕੇ, ਹਰ ਸ਼ਹਿ ਫਟ ਗਈ, ਫਿਰ ਵੀ ਇਹ ਬੰਦੀ ਨੀ ਪਾਉਣੀ 7-7 ਵਜੇ ਡੱਬ ਵਾਲੇ ਤੇ ਕਮੱਗਰ ਡੱਬ ਵਾਲੇ ਤੇ ਕਮੱਗਰ, ਇਹ ਜਿਹੜਾ ਡੱਬ ਵਾਲਾ ਨਾ ਉਹਦੇ ਚ ਇੱਕ ਸ਼ਾਹਪਵਾਲ ਕਰਾਸ ਸੀ। ਲੋ ਜੀ ਟੁੰਨਾ ਜੀ, ਹੈ ਲੱਗੀਆਂ, ਮੋਹਰ ਲੱਗੀ, ਦੇਖ ਲੈ ਮੋਹਰ ਲੱਗੀ ਐ ਬੱਚੇ। ਬਾਕੀ ਉਹ ਇੱਕ ਪਿੰਡੀ ਵਾਲਾ ਤੁਹਾਨੂੰ ਪਤਾ ਰਹਿ ਗਿਆ, ਉਹਦੀ ਤਸਵੀਰ ਨਹੀਂ, 7-5 ਵਾਲਾ ਆਪਣੇ ਕਿਵੇਂ ਐ ਬੱਚੇ ਜੀ, ਉਹਨੇ ਚ ਇਹ ਦੇਖ ਲਓ ਪੱਟੀ ਵਾਲਾ ਕਿਸੇ ਚ ਆ ਗਿਆ। ਇਹ ਟੁੰਨੇ ਸਾਰੇ ਬਾਹਰ ਹੀ ਹੈ ਨਾ,
ਜਿਹੜੇ ਦਿਖਾਏ ਬਾਕੀ ਸਾਰੇ ਅੰਦਰ ਕਰਕੇ ਸਿਰਫ ਇਹ ਬਾਹਰ ਛੱਡੀ ਤਰ੍ਹਾਂ ਇਹਨਾਂ ਦਾ ਵਿਊ ਦਿਖਾ ਦਈਏ ਬਾਕੀ ਅੰਦਰ ਕਰਦੇ ਇਹ ਬਾਹਰ ਛੱਡਦੇ ਸਾਰੇ ਬਾਹਰ ਸਭ ਦੋਸਤਾਂ ਬਹਿ ਜਾਣੇ ਦੇਖੋ ਤੁਸੀਂ ਪੋਲ ਠੰਡਾ ਅੱਜ ਬਹਿ ਜਾਣੇ ਪੋਲ ਕੀਤਾ ਨਿਕਲ ਆਣੇ ਭਾਈ ਸਾਹਿਬ ਜੀ ਸਰ ਮਾਸ਼ਾਅੱਲਾ 200 ਤੋਂ ਅਬਵ ਬੰਦੇ ਮੇਰੇ ਨਾਲ ਨੇ ਮੈਂ ਨਾ ਸਬਦਾ ਲੈ ਨਹੀਂ ਸਕਦਾ ਲੇਕਿਨ ਇਕੱਠਾ ਸ਼ੁਕਰੀਆ ਸਭ ਦੋਸਤਾਂ ਦਾ ਅਦਾ ਕਰਦੇ ਨੇ ਸਭ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਚਾਂਦ ਸਮੀ ਭਾਈ ਵਾਲੇਕਮ ਅਸਲਾਮ ਜਿਹਨਾਂ ਜਿਹਨਾਂ ਨੇ ਦੋਸਤਾਂ ਨੇ ਸਲਾਮ ਕੀਤਾ ਉਹਨਾਂ ਨੂੰ ਵਾਲੇਕਮ ਅਸਲਾਮ ਇਹ ਉਸਤਾਦ ਸ਼ਹਿਜ਼ਾਦਾ ਭਾਈ ਕਹਿ ਰਹੇ ਮੈਨੂੰ ਜ਼ਰਾ ਨਾਲ ਐਡ ਕਰ ਲਓ ਅੱਜ ਕੁਛ ਹੋਰ ਕਹਿੰਦਾ ਸੀ ਜੀ ਸ਼ਹਿਜ਼ਾਦਾ ਭਾਈ ਕਰ ਲਿਆ ਤੁਹਾਨੂੰ ਓਕੇ ਕਰੋ ਜ਼ਰਾ ਜੀ ਸ਼ਹਿਜ਼ਾਦਾ ਭਾਈ ਮੈਂ ਰਿਕੁਐਸਟ ਸੈਂਡ ਕਰ ਦਿੱਤੀ ਹੈ ਇਹਨੂੰ ਓਕੇ ਕਰ ਲਓ ਤਾਂ ਕਿ ਆ ਜਾਓ ਨਾਲ ਜੀ ਸ਼ਹਿਜ਼ਾਦਾ ਭਾਈ ਸਾਜੀ ਕੀ ਹਾਲ ਹੈ ਜਨਾਬ ਠੀਕ ਠਾਕ ਹੋ ਸਾਜੀ ਕੀ ਹਾਲ ਹੈ ਸ਼ੁਕਰ ਅੱਲਾਹ ਦਾ ਤੁਸੀਂ ਸੁਣਾਓ ਸਭ ਖੈਰੀਅਤ ਹੈ ਆਵਾਜ਼ ਨਹੀਂ ਆ ਰਹੀ ਤੁਹਾਡੀ ਮੈਂ ਕਿਹਾ ਕੀ ਹਾਲ ਚਾਲ ਹੈ ਠੀਕ ਠਾਕ ਹੋ ਖੈਰੀਅਤ ਹੈ ਠੀਕ ਠਾਕ ਸਰ ਮੁਬਾਰਕ ਦਿਓ ਸਰ ਜ਼ੈਨ ਸਾਹਿਬ ਨੂੰ ਉਹਨਾਂ ਨੂੰ ਮੁੰਨਾ ਸਾਹਿਬ ਨੂੰ ਤੇ ਰੋਹ ਕਾਸ਼ਿਫ ਸਾਹਿਬ ਨੂੰ ਸਾਡੇ ਵੱਲੋਂ ਬੜੇ ਅੱਛੇ ਕਬੂਤਰ ਡਾਏ ਇਹਨਾਂ ਨੇ ਬੜਾ ਮਜ਼ਾ ਆਇਆ ਜੀ ਜੀ ਭਾਈ ਕਾਸ਼ਿਫ ਤੁਹਾਨੂੰ ਮੁਬਾਰਕ ਦੇ ਰਹੇ ਨੇ ਆਪਣਾ ਰਾਓ ਕਾਸ਼ਿਫ ਸਾਹਿਬ ਨੂੰ ਰਾਓ ਮੁੰਨਾ ਸਾਹਿਬ ਨੂੰ ਖੈਰ ਮੁਬਾਰਕ ਕਹਿ ਰਹੇ ਜੀ ਬਹੁਤ ਸ਼ੁਕਰੀਆ ਵੀ ਤੁਹਾਨੂੰ ਵੀ ਤੁਹਾਡੇ ਵੀ ਬੜੀ ਅੱਛੀ ਕਾਰ ਕਰਦੀ ਹੈ ਜ਼ੈਨ ਭਾਈ ਮਾਸ਼ਾਅੱਲਾ ਇਲੈਕਸ਼ਨ ਵੀ ਤੁਹਾਡੇ ਕੱਲ ਦੇਖਦਾ ਰਿਹਾ ਮੈਂ ਤੁਹਾਨੂੰ ਹਾਂਜੀ ਹਾਂਜੀ ਮਾਸ਼ਾਅੱਲਾ ਜਿੱਤ ਗਏ ਜੀ ਬੜੀ ਲੀਡ ਨਾਲ ਅੱਲਾ ਦੀ ਮਿਹਰਬਾਨੀ ਨਾਲ ਜਿੱਤੇ ਅਸੀਂ ਔਰ ਮਾਸ਼ਾਅੱਲਾ 109 ਸੀ ਜਿਹੜੇ ਸੀ ਟੋਟਲ ਸੀ ਤੇ 97 ਮਾਸ਼ਾਅੱਲਾ ਸਾਨੂੰ ਮਿਲੇ ਇੰਨੀ ਲੀਡ ਨਾਲ ਜਿੱਤੇ ਸਹੀ ਹੋਰ ਸਰ ਜੀ ਸ਼ੁਕਰ ਅੱਲਾ ਦਾ ਦੁਆਵਾਂ ਇਹ ਬੰਨ ਸੁੱਤੇ ਸੀ ਤੁਸੀਂ ਕਿੱਥੇ ਕਿੱਥੇ ਬੈਠੇ ਹੋ ਸੌਣ ਮੈਂ ਘਰ ਹੀ ਜਾਗ ਮੈਂ ਦੇਖ ਲਾ ਦੋਨੋਂ ਬੈਠੇ ਆ ਖੁੱਡਿਆਂ ਦੇ ਅੱਗੇ ਧਿਆਨ ਕਰ ਆ ਭਾਈ ਕਾਸ਼ਵ ਕੀ ਭਾਈ ਮੁੰਨਾ ਕੀ ਕਹਿ ਰਹੇ ਜ਼ਰਾ ਸੁਣੋ ਭਾਈ ਦੇਖ ਲਾ ਦੋਨੇ ਇਕੱਠੇ ਬੈਠੇ ਤੇ ਪਰੇ ਫੱਠਾ ਵੀ ਆ ਆ ਕਰਨਾ ਜ਼ਰਾ ਆ ਇੱਧਰ ਕਰੋ ਜ਼ਰਾ ਮੈਂ ਕਿਹਾ ਸੌਣਾ ਨਹੀਂ ਇੱਕ ਟਾਈਮ ਵੀ ਤੇਰਾ ਗਾਫਲ ਲੰਘਿਆ ਸਮਝ ਤੂੰ ਬਚ ਗਿਆ ਮਿਹਨਤ ਬੜੀ ਹੈ ਇਹ ਨਾ ਕਹਿ ਕੱਲਾ ਹੀ ਸਾਰੇ ਕੰਮ ਹਾਂ ਕੱਲਾ ਹੀ ਕੰਮ ਕਰਦਾ ਵਾ ਨਹੀਂ ਤੇ ਤੁਹਾਨੂੰ ਥੱਥਾ ਨਾ ਹੋਵੇ ਤੁਹਾਨੂੰ ਤਿੰਨ ਬੰਦੇ ਰੱਖਣੇ ਪੈਣੇ ਥੱਥਾ ਨਾ ਹੋਵੇ ਤੇ ਖੁਰਾਕ ਕੁੱਟਣ ਵਾਲਾ ਲੈਦਾ ਕਬੂਤਰ ਉਡਾਉਣ ਵਾਲਾ ਦੇਖਣ ਵਾਲਾ ਲੈਦਾ ਛੇ ਬੰਦੇ ਆ ਤਿੰਨ ਨਹੀਂ ਥੱਥਾ ਇਜ਼ ਵੈਰੀ ਗੁੱਡ ਬੱਚਿਆਂ ਦਾ ਸ਼ੌਕ ਕਰਾਈਏ ਲੋ ਸ਼ਹਿਜ਼ਾਦਾ ਭਾਈ ਤੁਸੀਂ ਵੀ ਟਾਈਮ ਦਿਓ ਕੋਈ ਤੁਹਾਡੇ ਕਬੂਤਰਾਂ ਦਾ ਵੀ ਸ਼ੌਕ ਕਰਾਈਏ ਤੁਹਾਡੀ ਦੂਸਰੀ ਪੋਜੀਸ਼ਨ ਆਈ ਹੈ ਕੱਲ ਨੂੰ ਸੀ ਕੱਲ ਨੂੰ ਸਰ ਕੱਲ ਨੂੰ ਕਰਾਂਗੇ ਚਲੋ ਠੀਕ ਹੋ ਗਿਆ ਠੀਕ ਹੋ ਗਿਆ ਹਾਂਜੀ ਬਿਠਾ ਦਿਓ ਆਹ ਦੇਖੋ ਜੀ ਮਾਸ਼ਾਅੱਲਾ ਇਹ ਦੇਖੋ ਜੀ ਇਹ ਸਾਰੇ ਦੇ ਸਾਰੇ ਹੀ ਮੋਹਰਾਂ ਵਾਲੇ ਬੱਚੇ ਨੇ ਦੋ ਚਾਰ ਦੋ ਛੇ ਇਹ 7 ਆ ਗਿਆ 2 4 6 ਤੇ ਇਹ 7 ਗੁਲਨਾਜ਼ ਅਲੀ ਔਰ ਇਹ ਮਾਸ਼ਾਅੱਲਾ ਸਾਰੇ ਦੇ ਸਾਰੇ ਹੀ ਚੇਤਰ ਚੈਂਪੀਅਨ ਬੱਚੇ ਆ ਜੀ ਮਾਸ਼ਾਅੱਲਾ ਔਰ ਸਾਈਜ਼ ਦੇਖ ਰਹੇ ਹੋ ਜੀ ਕਬੂਤਰਾਂ ਦੇ ਬੱਚਿਆਂ ਦੀਆਂ ਗਰਦਨਾਂ ਦਾ ਹਾਈਟ ਸ਼ੋਲਡਰ ਲੈਂਥ ਖੜੇ ਹੋਣ ਦਾ ਸਟਾਈਲ ਬੇਮਿਸਾਲ ਇਹ ਦੇਖੋ ਸਭ ਤੋਂ ਪਹਿਲੇ ਸਟਰਕਚਰ ਕਾਊਂਟ ਕਰੀਏ ਕਿ ਸਟਰਕਚਰ ਦੇ ਹਿਸਾਬ ਨਾਲ ਕੈਸੇ ਕਬੂਤਰ ਨੇ ਇੱਕ ਸਾਈਜ਼ ਦੇ ਇੱਕ ਸਿਮੈਟਰੀ ਦੇ ਇੱਕ ਬੈਲੈਂਸ ਦੇ ਕਬੂਤਰ ਨੇ ਮੋਹਰਾ ਦੇਖੋ ਇਹਨਾਂ ਦਾ ਕਿਤਨਾ ਖੂਬਸੂਰਤ ਮੋਹਰਾ ਔਰ ਖੜੇ ਹੋਣ ਦਾ ਸਟਾਈਲ ਗਰਦਨ ਦਾ ਸਟਾਈਲ ਸ਼ੇਪ
ਤਕਰੀਬਨ 90% ਇੱਕ ਮਾਸ਼ਾਅੱਲਾ। ਔਰ ਇਹ ਜੀ ਸਾਡਾ ਬੜਾ ਪਿਆਰਾ ਛੋਟਾ ਭਾਈ ਹੈ ਟੁੰਨਾ, ਬੜੀ ਮਿਹਨਤ ਕਰਦਾ। ਟੁੰਨਾ ਜੀ ਕੀ ਹਾਲ ਹੈ, ਠੀਕ ਠਾਕ ਹੋ? ਟੁੰਨਾ ਜੀ ਤੁਹਾਡੀ ਕਾਮਯਾਬੀ ਦਾ ਕੀ ਰਾਜ਼ ਹੈ? ਮਿਹਨਤ ਕਰੀ ਦੀ ਅੱਜ ਦਿਨ ਰਾਤ, ਸ਼ੋਅ ਸਮਝਿਆ ਛੋਟੇ ਹੁੰਦੇ ਵੀ ਸ਼ੋਅ ਸੀ। ਇਹਨਾਂ ਕੋਲ ਆਣ ਦੇ ਉਸਤਾਦ ਹੋਣਾਂ ਕੋਲ ਹੋਰ ਵੱਧ ਗਿਆ ਜੀ। ਅੱਛਾ ਜੀ, ਆਪਣੀ ਛੱਤ ਸਮਝਦੇ ਸ਼ੋਅ ਕਰ ਰਹੇ ਜੀ। ਅੱਛਾ ਜੀ, ਦਿਨ ਰਾਤ ਮਿਹਨਤ ਕਰਦੀ ਰਹੀ ਆ, ਰੱਬ ਪੁਰਾਣਾ ਕੋਈ ਕਬੂਤਰ ਹੋਵੇ ਤੁਹਾਡਾ, ਜਿਹੜਾ ਤੁਹਾਨੂੰ ਬਹੁਤ ਵੱਡਾ ਕਬੂਤਰ ਹੋਵੇ ਤੇ ਤੁਹਾਨੂੰ ਸਭ ਤੋਂ ਜ਼ਿਆਦਾ ਫੇਵਰੇਟ ਪਸੰਦ ਹੋਵੇ, ਨਰ ਜਾਂ ਮਾਦੀ? ਲਓ ਜੀ, ਜਿੰਨੀ ਦੇਰ ਤੱਕ ਟੁੰਨਾ ਬਾਈ ਕਬੂਤਰ ਦਾ ਸ਼ੌਕ ਕਰਾਉਂਦੇ ਨੇ, ਮੈਂ ਤੁਹਾਨੂੰ ਜਿਹੜਾ ਕਲੋਨੀ ਸਾਰੀ ਦਾ ਵਿਜ਼ਿਟ ਕਰਾਉਂਦਾ। ਬੜਾ ਖੂਬਸੂਰਤ ਏਰੀਆ ਔਰ ਬੜਾ ਪੁਰਸਕੂਨ ਏਰੀਆ। ਇਹ ਛੱਤਾਂ ਦੇ ਪੋਲ ਲੱਗੇ, ਲਾਈਟਾਂ ਚੱਲਣ ਡੀਆਂ ਹੁਣੇ ਜੀ। ਟੁੰਨਾ ਬਾਈ ਕਬੂਤਰ ਹਨੀਆ ਫੜੀ ਦਾ ਰਾਈਟ ਮਿੰਟੇ ਦਾ ਪਾਰਕ ਹੁੰਦਾ ਵੀ ਦਿਖਾ ਦੀ। ਐਸੋ ਹੀ ਬਾਜੀ ਜਾਣਾ ਹੈ ਨਾ ਜੀ, ਇਸ ਦਫਾ ਦਾ ਇਹ ਫੇਵਰਟ ਕਬੂਤਰ ਆ, ਫੇਵਰਟ ਬਾਜੀ ਆਲਾਏ ਇਸ ਸਾਈਡ ਤੇ ਆ ਜਾਣੀ ਹੈ। ਬੱਚੇ ਬਾਹਰ ਹੀ ਰਹਿਣ ਦੇ, ਉਹਦੀ ਤਸਵੀਰਾਂ ਬਣਾਉਣੀਆਂ। ਭਈਆ ਭਾਈ ਕਹਿੰਦੇ ਪਹੁੰਚ ਗਏ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਲੋ ਟੁੰਨਾ ਹੈਲੋ ਜੀ, ਹੈਲੋ ਟੁੰਨਾ ਭਾਈ, ਇਹ ਕਿਹੜਾ ਜੀ? 57 ਨੰਬਰ, 23 ਨੰਬਰ। ਦੱਸ ਦਿਓ ਪਿਛਲੇ ਸਾਲ ਜਿਹੜੇ ਬੱਚੇ ਚੈਂਪੀਅਨ ਹੋਏ ਸੀ, ਬੜੇ ਹੋ ਗਏ। ਲੋ ਜੀ, ਇਹ ਪਿਛਲੇ ਸਾਲ ਦਾ ਚੈਂਪੀਅਨ ਕਬੂਤਰ ਜੀ। ਔਰ ਇਹ ਹੁੰਦੀ ਜੇ ਚੈਂਪੀਅਨ ਕਬੂਤਰ ਦੀ ਅੱਖ ਦੀ ਜ਼ਮੀਨ ਜਿਹੜੀ ਇਸ ਕਬੂਤਰ ਦੀ ਹੈ। ਇਹ ਉਹ ਬੱਚੇ ਚਾਰ ਜਿਹੜੇ ਉੜੇ ਸੀ ਉਹ ਤੁਹਾਨੂੰ ਦਿਖਾ ਰਹੇ ਆ। ਇਹ 57 ਵਾਲਾ 23 ਨੰਬਰ, ਇਹ 7-16 ਤੇ ਬੈਠਾ ਸੀ। ਇਹ ਬੰਨੇ ਹੋਏ ਬੰਨੇ ਛੱਤ ਆ ਸਾਰੀ ਦਾ ਮੰਜ਼ਰ ਆ। ਔਰ ਕੈਮਰਾ ਹਨੀ ਭਾਈ ਤੁਸੀਂ ਫੜ ਲਿਆ, ਜਿਹਦੀ ਬਣਾਉਣੀ ਬਣਾ ਲਓ। ਹਾਂਜੀ ਬੋਸ, 22 ਨੰਬਰ ਜੀ। ਹਾਂਜੀ, ਤੇ ਉਹ ਕਬੂਤਰ ਜਿਹੜੇ ਇਸ ਸਾਲ ਅਸੀਂ ਇਹਨਾਂ ਨਾਲ ਸ਼ੌਕ ਕਰਨਾ ਪਰਦਾ ਹਨਾ, ਪਰ ਦੇਖਣ ਵਾਲਾ। ਅੱਲਾ ਜਵਾਬ ਐਕਸਲੈਂਟ ਉਸਤਾਦ ਜੀ, ਕਿਆ ਬਾਤ, ਮਜ਼ੇਦਾਰ ਬਹੁਤ। ਜਵਾਬ ਨੀ ਸਰ, ਬਾਕੀ ਕਬੂਤਰ ਫਾਈਟਰ ਆ। ਆਓ ਜੀ ਕੋਈ ਜ਼ਰਾ ਫਾਈਟ ਕਰਾਂਗੇ ਜੀ ਇਨਸ਼ਾਅੱਲਾ। ਹਾਂ ਬਹੁਤ ਆਲਾ ਜਿਹਾ ਕਰਕੇ ਬਣਾ ਲਈ ਟੁੰਨੇ ਨਾਲ ਦਿੰਦੇ ਨੇ।
لو جی ہے پیچھے سارا خوبصورت ویو. جی کاشف بھائی ماشاء اللہ اینیا ساری کامیابیاں اینی زبردست گڈ لک تے اینی ہارڈ ورکنگ تو بعد اج دے اس لائیو پروگرام تے کوئی میسج دینا چاہو کوئی شوقین بندیاں نو اہلیاں نے فیصلہ باد ہون یا آل راؤنڈ جڑے وی دوست نے ساڈے میسج اے جی کہ پیار محبت دا شوق ہونا چاہیے اپنے شوق تے محنت کرو جی جنی محنت کرو گے اللہ پاک جو تہاڈے مقدر چ ہوے گا تہانوں دے دے بالکل صحیح اور سر یہ دسنا اس دفعہ دے جیٹ دے مقابلے کنا کنا نال تہاڈے تے نے پنجاب چ دے استاد امیر مختار نال تے جی اچھا جی باقی فیصلہ باد چ ہلے کچھ ہو گئے کچھ ہلے کٹ چ ہون گے بالکل ٹھیک بہت شکریہ لو جی منا بھائی تسی کوئی اپنا ظاہر خیال کرنا چاہو کوئی میسج دینا ظاہر خیال سر یہی ہے کہ تنقید تنقید نہیں کرنی چاہیے دی کسی تے جی جڑے اچھے اڑن دی تعریف کرنی چاہیے دی ہے صحیح میرا مقصد کہن دا ہے کہ حسد کوئی اچھی چیز نہیں جی اللہ جاندا کسی دے اڑن اسی دی تعریف کری دی ہے بھاوے ہاڈا حریف ہی ہوے ہاں جی تے میں صرف یہی شوق نو پروموٹ کرن لئی گل کہاں گا کہ بجائے تنقید دے چھوٹیاں چھوٹیاں گلاں پیچھے کرنیاں جی مقابلہ کرنا چاہیے دا اچھے کبوتر باز دا اونوں جتو اودیاں صلاحیتاں دیکھو کہ کتھوں سانو جت رہیا جتھے تانو کمزوری آ رہی اودی دیکھ کے اپنی اونوں کاپی کرو جی اگے نکلو گے انشاءاللہ تعالی اللہ پاک کامیابی دے گا بجائے اس تو کہ ایویں تنقید دا نشانہ مطلب جتنا ہوے کوئی تے پٹھیاں سدھیاں گلاں کرنیاں یہ چیزاں کوئی زیب نہیں دندیاں خاندانی بندیاں بالکل صحیح جیڑا بندہ ایہو جیاں گلاں کردا میرا خیال ہے کہ میں تے اونوں غیر خاندانی کہاں گا پھر او کسے اچھے خاندان نال دا تعلق نہیں ہوندا یعنی کہ کہن دا مقصد یہ ہے ٹو دی پوائنٹ کہ فیس کرنا تے سامنے کھڑے ہو کے کر لینا چاہیے دا اگر سامنا نہیں ہو رہا تے او دے بارے کو تنقید بھی نہیں کرنی چاہیے بالکل ٹھیک منہ تے کوئی گل ہے تے اونوں پوچھ بالکل بھائی سانوں تیرے تے اعتراض آئی ہے ہاں جی او دا کر لینی چاہیے دی حریف دے وی اڑن دی تعریف کرو چھت پورا دا پورا رن وے بنایا ماشاء اللہ اور بڑی زبردست سیٹنگ کی بڑے پرفیکشن سلیکشن دے نال انہوں نے کبوتر رکھے نے تے ایک کاشف بھائی چھوٹا جا میرے سوال ذہن چ آ گیا چلو میں لائیو دا فائدہ چکا کہ چیمپئن شپ دے لیول تے آ کے لڑن واسطے کبوتراں دی کوئی سکنوٹری بھی ہونی چاہیے دی ہے یا دوجے لفظاں تے سلیکشن بھی ہونی چاہیے دی سلیکشن ایسی کہ اپنے اپنا دھوکھا نہیں ہونا چاہیے کبوتر ہمیشہ بالکل جڑا زیرو چ جاندا زیرو چ ہی آئے کبوتر چھانٹی کبوتر چھانٹی کر دیتے یا کنے کبوتر گواتے ہاں جی میں پچھلے پلس اچھا جی 200 کبوتر گوایا اچھا اور میں 200 کبوتر اندھیرے چ لا وی لیا او گڈ اچھا ہاں جی یعنی کہ مس نہیں ہوئے گا ہاں جی انشاءاللہ جڑے ہون اگر او آن گے 0.1% مس نہیں ہوگا اگر او اوپر ہون گے مینوں انشاءاللہ امید ہوے گی رات 9-10 بجے تک بھی میرے گھر بیٹھے جس طرح اج ایک کبوتر تہاڈا رات 10:30 بجے بیٹھا تو بیٹھا میرے کل چار کبوتر بیٹھے جی 9 بجے تک 9 بجے تک ہاں جی جڑے جیٹ دیاں بازیاں چڑن انشاءاللہ ماحول بہت بہت
ਸਾਨੂੰ ਜਲਦ ਕਿਸੇ ਹੋਰ ਅੱਛੇ ਚੈਂਪੀਅਨ ਖਿਲਾੜੀ ਦੇ ਨਾਲ ਉਹਦੀ ਮੌਜੂਦਗੀ ਤੁਹਾਡੇ ਨਾਲ ਸ਼ੌਕ ਕਰਾਂਗੇ ਇਨਸ਼ਾਅੱਲਾ। ਤੇ ਇਹ ਬੱਚਿਆਂ ਦਾ ਹਨੀ ਭਾਈ ਫੋਟੋ ਸੈਸ਼ਨ ਕਰ ਰਹੇ ਆ, ਇਹ ਦੇਖੋ।